ਸਪੈਸ਼ਲੀ ਬੱਚਿਆਂ ਲਈ ਇਸ ਸਮਰਸ ਦੇ ਮੌਸਮ ਵਿੱਚ ਅਤੇ ਡਾਇਟ ਵਿੱਚ ਕੁਛ ਐਂਡ ਸਪੈਸੀਫਿਕ ਨਹੀਂ ਮੈਂ ਕਹਾਂਗੀ ਕਿ ਇਹ ਚੀਜ਼ ਦੇਣੀ ਹੈ ਉਹ, ਬਟ ਆਲ ਸੀਜ਼ਨਲ ਫਰੂਟਸ ਐਂਡ ਵੈਜੀਟੇਬਲਸ ਪੂਰੀ ਡਾਇਟ ਵਿੱਚ ਆਲ 24 ਆਵਰਸ ਵਿੱਚ ਖਾਣੇ ਹੀ ਖਾਣੇ ਹੈ। ਅਤੇ ਇਹ ਤਾਂ ਤੁਸੀਂ ਦੱਸਦੀਆਂ ਜਿਹੜੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦਾ ਸੇਵਨ ਅਮੂਮਨ ਤੌਰ 'ਤੇ ਕਰਨਾ ਚਾਹੀਦਾ। ਤੁਹਾਡੇ 'ਤੇ ਵੀ ਜਾਣਨਾ ਚਾਹਾਂਗੇ ਕਿ ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਪਰਹੇਜ਼ ਵੀ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਬਿਲਕੁਲ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬਾਹਰਲੇ ਜਿਹੜੇ ਲੋਕਲ ਵੈਂਡਰਸ ਹੈ ਉਹਨਾਂ ਤੋਂ ਖਾਣਾ ਬਿਲਕੁਲ ਨਹੀਂ ਖਾਣਾ, ਬਾਹਰ ਜੰਕ ਫੂਡ ਅਵੋਇਡ ਕਰਨਾ ਹੈ। ਜਿਹੜੇ ਬੈਕਟੀਰੀਆ ਹੈਗੇ ਹੈ ਉਹ ਵਾਰਮ ਅਤੇ ਮੋਇਸਟ ਇਨਵਾਇਰਮੈਂਟ ਵਿੱਚ ਜ਼ਿਆਦਾ ਗਰੋ ਕਰਦੇ ਹੈਗੇ ਹੈ ਜੀ, ਅਤੇ ਜ਼ਾਹਿਰ ਹੈ ਇੰਨਾ ਜ਼ਿਆਦਾ ਗਰਮੀ ਹੋਏਗੀ ਬੈਕਟੀਰੀਆ ਉੱਥੇ ਜਾ ਕੇ ਗਰੋ ਹੋਣਗੇ ਅਤੇ ਬੱਚੇ ਉਹ ਖਾਣਗੇ, ਇਮੀਡੀਏਟਲੀ ਇਨਫੈਕਸ਼ਨ ਦੇ ਚਾਂਸਿਸ, ਵਾਟਰ ਬੋਰਨ ਫੂਡ ਬੋਰਨ ਡਿਜ਼ੀਜ਼ ਦੇ ਚਾਂਸਿਸ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੇ ਹੈ। ਇੰਡੀਡ ਇਸ ਟਾਈਮ ਸਾਡੇ ਇੱਥੇ ਆਲਰੇਡੀ ਡਾਇਰੀਆ ਦੇ ਕੇਸਿਸ ਔਨ ਰਾਈਜ਼ ਹੈ ਅਤੇ ਹਾਈ ਅਲਰਟ ਹੋ ਚੁੱਕਾ ਡਾਇਰੀਆ ਲਈ, ਅਤੇ ਫ੍ਰੀਕੁਐਂਟ ਹੈਂਡ ਵਾਸ਼ਿੰਗ ਬਹੁਤ ਜ਼ਰੂਰੀ ਹੈ। ਖਾਣਾ ਪਿਆ ਨਾ ਰਹੇ, ਪੁਰਾਣਾ ਖਾਣਾ ਬਿਲਕੁਲ ਨਹੀਂ ਦੇਣਾ, ਫਰੈਸ਼ ਖਾਣਾ ਹਰ ਟਾਈਮ ਬਣਾ ਕੇ ਦੇਣਾ ਹੈ। ਬਾਹਰ ਜਾਂਦੇ ਹੈ ਬੱਚੇ, ਸ਼ਾਮੀ ਜਾ ਰਹੇ ਹੈ, ਆਊਟਿੰਗ ਜ਼ਰੂਰ ਹੋਣਗੀਆਂ ਬਿਕੋਜ਼ ਛੁੱਟੀਆਂ ਹੈ, ਪੂਰਾ ਦਿਨ ਅਗਰ ਦਿਨੇ ਨਹੀਂ ਗਏ ਰਾਤੀ ਜਾਣਗੇ, ਅਤੇ ਵੈਂਡਰਸ ਤੋਂ ਲੈ ਕੇ ਖਾਣਾ ਨਹੀਂ ਖਾਣਾ, ਜੂਸਿਸ ਸਪੈਸ਼ਲੀ ਗੰਨੇ ਦਾ ਜੂਸ ਹੋ ਗਿਆ ਬਾਹਰ, ਜਿਹੜਾ ਜਿਹਦੀ ਜਿਹਦੀ ਕੁਆਲਿਟੀ ਸਾਨੂੰ ਪਤਾ ਹੈ ਕਿ ਦਿਖ ਰਿਹਾ ਉਹ ਨਹੀਂ ਹੈਂਡ ਵਾਸ਼ ਹੋ ਰਿਹਾ, ਜੋ ਚੀਜ਼ ਦਿਖ ਰਹੀ ਹੈ ਖਰਾਬ ਹੈ ਉਹ ਨਹੀਂ ਲੈਣੀ, ਬੱਚਿਆਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਅਤੇ ਬਿਕੋਜ਼ ਇਨਫੈਕਸ਼ਨ ਇਸ ਗਰਮੀਆਂ ਦੇ ਟਾਈਮ 'ਤੇ ਬਹੁਤ ਜ਼ਿਆਦਾ ਹਾਈ ਰਿਸਕ ਰਹਿੰਦਾ ਹੈ ਸਾਰੀ ਤਰ੍ਹਾਂ ਦੀ ਇਨਫੈਕਸ਼ਨਸ ਦਾ, ਟਾਈਫਾਇਡ ਹੋ ਗਿਆ, ਡਾਇਰੀਆ ਹੋ ਗਿਆ, ਹੈਪੇਟਾਈਟਸ ਏ ਹੋ ਗਿਆ, ਇਹ ਸਾਰੀਆਂ ਪੀਕ 'ਤੇ ਹੁੰਦੀਆਂ ਸਮਰਸ ਵਿੱਚ, ਅਤੇ ਬੱਚਿਆਂ ਨੂੰ ਬਿਲਕੁਲ ਬਚਾਉਣਾ ਹੈਗਾ ਜੀ। ਡਾਕਟਰ ਵਿਕਾਸ ਤੁਹਾਡੇ ਤੋਂ ਜਾਣਾ ਚਾਹਾਂਗੇ, ਜਿਸ ਤਰ੍ਹਾਂ ਕਿਸੇ ਵੀ ਖਾਣੇ ਤੇ ਜੀ ਤੁਹਾਡੇ ਕੋਲ ਵਾਪਸ ਆਵਾਂਗੇ। ਡਾਕਟਰ ਵਿਕਾਸ ਫਿਲਹਾਲ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਡਾਕਟਰ ਗੁੰਜਨ ਜ਼ਿਕਰ ਕਰ ਰਹੇ ਸੀ ਕਿ ਆਊਟਸਾਈਡ ਜੋ ਫੂਡ ਹੈ, ਸਟਰੀਟ ਫੂਡ ਜੋ ਹੈ, ਉਸ ਤੋਂ ਗੁਰੇਜ਼ ਕੀਤਾ ਜਾਏ। ਜੇ ਉਹ ਫੂਡ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਸਕਿਨ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਇਸ ਗਰਮੀ ਦੇ ਮੌਸਮ ਦੇ ਵਿੱਚ ਆ ਸਕਦੀਆਂ ਨੇ, ਕਿਉਂਕਿ ਕਈ ਵਾਰ ਉਹ ਫੂਡ ਬਹੁਤ ਜ਼ਿਆਦਾ ਅਨਹਾਈਜੀਨਿਕ ਹੁੰਦਾ ਹੈ, ਕਈ ਵਾਰ ਉਹ ਵਾਰ ਵਾਰ ਉਹੀ ਤੇਲ ਦੇ ਵਿੱਚ ਉਸਨੂੰ ਉਬਾਲਿਆ ਜਾਂਦਾ ਹੈ ਜੇ ਫਰਾਈਡ ਫੂਡ ਦੀ ਗੱਲ ਕੀਤੀ ਜਾਵੇ, ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਜੀ ਹਾਂ, ਕਿਉਂਕਿ ਇਹ ਗਰਮੀ ਦੇ ਮੌਸਮ ਦੇ ਵਿੱਚ ਜਿਹੜੇ ਆਪਣੇ ਸਕਿਨ ਦੇ ਨੀਚੇ ਸਪੈਸ਼ਲਾਈਜ਼ਡ ਗਲੈਂਡਸ ਹੁੰਦੇ ਹੈ, ਸੀਬੇਸ਼ੀਅਸ ਗਲੈਂਡਸ, ਉਹਨਾਂ ਦੀ ਸਿਕਰੀਸ਼ਨਸ ਵੀ ਵੱਧ ਜਾਂਦੀ ਹੈ, ਤਾਂ ਜਦੋਂ ਸਿਕਰੀਸ਼ਨਸ ਵਧਣਗੀਆਂ ਤਾਂ ਫਿਰ ਡਾਇਟ ਦਾ ਵੀ ਇੰਪੋਰਟੈਂਟ ਰੋਲ ਹੈ, ਕਿਉਂਕਿ ਜੇ ਆਪਾਂ ਬਹੁਤ ਜ਼ਿਆਦਾ ਓਇਲੀ ਜਾਂ ਫਰਾਈਡ ਚੀਜ਼ਾਂ ਜਾਂ ਵੈਂਡਰਸ ਦੀ ਜਿਹੜੀ ਚੀਜ਼ਾਂ ਡਾਕਟਰ ਸਾਹਿਬ ਜ਼ਿਕਰ ਕਰ ਰਹੇ ਸੀਗੇ, ਜੇ ਉਹ ਜ਼ਿਆਦਾ ਲੋਕ ਬੱਚੇ ਲੈਣਗੇ ਖਾਸ ਕਰਕੇ, ਤਾਂ ਬਹੁਤ ਹੀ ਜ਼ਿਆਦਾ ਸਵੇਅਰ ਨੋਡਲੋਸਿਸਟਿਕ ਐਕਨੇ ਐਂਡ ਇੱਕ ਸਕਿਨ ਡਿਜ਼ੀਜ਼ ਹੁੰਦੀ ਹੈ ਰੋਜ਼ੇਸ਼ੀਆ, ਇਹ ਸਾਰੀ ਡਿਜ਼ੀਜ਼ ਹੋਣ ਦੇ ਚਾਂਸਿਸ ਵੱਧ ਜਾਂਦੇ ਹੈ, ਕਿਉਂਕਿ ਉਹ ਗਲੈਂਡਸ ਦੀ ਜਿਹੜੀ ਸਿਕਰੀਸ਼ਨਸ ਹੈ ਉਹਨਾਂ ਨੂੰ ਹੋਰ ਹਾਈਪਰ ਐਕਟੀਵੇਟ ਕਰ ਸਕਦੀਆਂ, ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਡਾਇਟ ਦਾ ਓਇਲੀ ਫਰਾਈਡ ਚੀਜ਼ਾਂ ਅਵੋਇਡ ਕੀਤੀਆਂ ਜਾਣ, ਈਵਨ ਕਲੋਦਿੰਗ ਦਾ ਵੀ ਜਿਹੜੇ ਲੂਜ਼ ਕੋਟਨ ਦੇ ਕੱਪੜੇ ਪਾਉਣੇ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸਵੈਟ ਗਲੈਂਡਸ ਦੀ ਸਿਕਰੀਸ਼ਨਸ ਬਹੁਤ ਜ਼ਿਆਦਾ ਹੈ, ਜੇ ਬਹੁਤ ਟਾਈਟ ਕਲੋਦਿੰਗ ਹੈ ਤਾਂ ਫੰਗਲ ਇਨਫੈਕਸ਼ਨਸ ਅਤੇ ਬੈਕਟੀਰੀਅਲ ਸਕਿਨ ਇਨਫੈਕਸ਼ਨਸ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਹੈ ਇਸ ਮੌਸਮ ਦੇ ਵਿੱਚ, ਅਤੇ ਜਿੰਨਾ ਟਾਈਟ ਕੱਪੜਾ ਹੋਏਗਾ ਪਸੀਨਾ ਜ਼ਿਆਦਾ ਦੇਰ ਚਿਪਕਿਆ ਰਹੇਗਾ ਸਕਿਨ ਦੇ ਨਾਲ, ਤਾਂ ਉਹਦੇ ਨਾਲ ਫਿਰ ਸਕਿਨ ਦੀ ਫੰਗਲ ਇਨਫੈਕਸ਼ਨਸ ਅਤੇ ਫੰਗਲ ਇਨਫੈਕਸ਼ਨਸ ਅੱਜ ਕੱਲ੍ਹ ਇੰਨੀ ਸਪਰੈਡ ਕਰ ਚੁੱਕੀਆਂ ਹੈ ਕਿ ਜਿਹੜੀਆਂ ਪਹਿਲਾਂ 6-7 ਸਾਲ ਪਹਿਲਾਂ 2.5 ਮਹੀਨੇ 'ਚ ਠੀਕ ਹੋ ਜਾਂਦੀਆਂ ਸੀ, ਉਹਨਾਂ ਨੂੰ ਅੱਜ ਕੱਲ੍ਹ 3-4 ਇਨਫੈਕਟ ਕਈਆਂ 6-6 ਮਹੀਨੇ ਵੀ ਲੱਗ ਰਹੇ ਹੈ ਠੀਕ ਹੋਣ 'ਚ, ਤਾਂ ਇਹੀ ਸਟ੍ਰੈਸ ਹੈ ਬਾਰ ਬਾਰ ਕਿ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਓਰ, ਤਾਂ ਲੂਜ਼ ਕੋਟਨ ਦੇ ਕੱਪੜੇ, ਬਾਥ ਲੈਣਾ ਬੜਾ ਜ਼ਰੂਰੀ ਹੈ, ਜੇ ਬਾਈ ਚਾਂਸ ਐਕਸਰਸਾਈਜ਼ ਦੇ ਕਾਰਨ ਸਵੈਟ ਬਹੁਤ ਜ਼ਿਆਦਾ ਕੱਪੜੇ ਚਿਪਕ ਗਏ ਸਵੈਟ ਨਾਲ, ਉਹਨਾਂ ਨੂੰ ਉਸੇ ਵਕਤ ਨਹਾ ਕੇ ਪੂਰੇ ਡਰਾਈ ਕੱਪੜੇ ਪਾਉਣ, ਪੈਰਾਂ ਦਾ ਧਿਆਨ ਬੜਾ ਫੁੱਟਵੀਅਰ ਦਾ ਬੜਾ ਇੰਪੋਰਟੈਂਟ ਹੈ ਕਿ ਜੇ
ਪੈਰ ਹਮੇਸ਼ਾ ਬੰਦ ਹੀ ਰਹਿਣਗੇ ਫੁੱਟਵੀਅਰ 'ਚ ਤਾਂ ਫੰਗਲ ਇਨਫੈਕਸ਼ਨਸ ਪੈਰਾਂ ਦੀ ਹੋਣ ਦੇ ਚਾਂਸਿਸ ਹੈ, ਜਿੱਥੋਂ ਫਿਰ ਉਹ ਬਾਕੀ ਬੋਡੀ ਏਰੀਆਸ 'ਚ ਸਪਰੈਡ ਕਰ ਜਾਂਦੀ ਹੈ। ਡਾਕਟਰ ਵਿਕਾਸ, ਇੱਥੇ ਤੁਹਾਡੇ 'ਤੇ ਵੀ ਜਾਣਨਾ ਚਾਹਾਂਗੇ, ਤੁਸੀਂ ਜੋ ਜ਼ਿਕਰ ਕੀਤਾ ਅਮੂਮਨ ਤੌਰ 'ਤੇ ਚੀਜ਼ਾਂ ਦੇਖਣ ਨੂੰ ਮਿਲਦੀਆਂ, ਫਿਰ ਚਾਹੇ ਉਹ ਐਕਨੇਜ਼ ਹੋਣ ਜਾਂ ਫਿਰ ਇਨਫੈਕਸ਼ਨਸ ਹੋਵੇ, ਕੁਝ ਗੰਭੀਰ ਬਿਮਾਰੀ ਵੀ ਕੀ ਇਸ ਦੇ ਨਾਲ ਲੱਗ ਸਕਦੀ ਹੈ, ਕਿਉਂਕਿ ਅੱਜ ਜਦੋਂ ਗੱਲ ਕਰ ਰਹੇ ਹਾਂ ਤਾਂ ਕਾਫੀ ਚੀਜ਼ਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਨੇ, ਇਹ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕੁਝ ਗੰਭੀਰ ਸਮੱਸਿਆ ਵੀ ਕੀ ਇਸ ਦੇ ਨਾਲ ਪੈਦਾ ਹੋ ਸਕਦੀ ਹੈ। ਹਾਂਜੀ ਬਿਲਕੁਲ, ਕਈ ਸਾਲ ਪਹਿਲਾਂ ਅੱਜ ਤੋਂ ਤਾਂ ਸਕਿਨ ਕੈਂਸਰ ਅਤੇ ਪ੍ਰੀ ਕੈਂਸਰ ਸਕਿਨ ਡਿਸਆਰਡਰਸ ਇੰਨੇ ਜ਼ਿਆਦਾ ਨਹੀਂ ਹੁੰਦੇ ਸੀਗੇ, ਬਟ ਹੁਣ ਪ੍ਰੀ ਕੈਂਸਰ ਸਕਿਨ ਡਿਸਆਰਡਰਸ ਦਾ ਇੰਸੀਡੈਂਸ ਬਹੁਤ ਵੱਧ ਚੁੱਕਿਆ, ਸਪੈਸ਼ਲੀ ਛੋਟੇ ਬੱਚੇ ਅਤੇ ਬਜ਼ੁਰਗਾਂ ਦੀ ਜਿਹੜੀ ਸਕਿਨ ਹੈ ਉਹ ਬਹੁਤ ਜ਼ਿਆਦਾ ਵਲਨਰੇਬਲ ਹੁੰਦੀ ਹੈ। ਤਾਂ ਇਹ ਜਿਹੜੀ ਡਿਸਆਰਡਰਸ ਹੈ ਇਹ ਸੀਰੀਅਸ ਹੈ, ਕਿਉਂਕਿ ਹੁਣ ਇਹਨਾਂ ਦੇ ਵਿੱਚ ਸਿੰਪਲ ਦਵਾਈਆਂ ਦੇ ਨਾਲ ਨਹੀਂ, ਫਿਰ ਹੋਰ ਲੇਜ਼ਰਸ ਦਾ ਇਸਤੇਮਾਲ ਵੀ ਕਰਨਾ ਪੈਂਦਾ, ਕਈਆਂ ਨੂੰ ਸਰਜੀਕਲ ਐਕਸੀਜਨ ਕਰਨਾ ਪੈਂਦਾ ਉਹ ਲੀਜ਼ਨਸ ਦਾ। ਈਵਨ ਸਕਿਨ ਰੋਜ਼ੇਸ਼ੀਆ ਵੀ ਜਿਹੜੀ ਡਿਜ਼ੀਜ਼ ਹੈ ਉਹ ਵੀ ਕਰੋਨਿਕ ਡਿਜ਼ੀਜ਼ ਹੁੰਦੀ ਹੈ, ਮਤਲਬ ਇਹ ਸਟਾਰਟ ਹੁੰਦੀ ਹੈ ਬਹੁਤ ਹੀ ਛੋਟੇ ਛੋਟੇ ਪਿੰਪਲਸ ਦੀ ਤਰ੍ਹਾਂ ਹੀ, ਬਟ ਅਲਟੀਮੇਟਲੀ ਉਹ ਇੱਕ ਬੜੀ ਡਿਜ਼ੀਜ਼ ਦਾ ਰੂਪ ਲੈ ਲੈਂਦੀ ਹੈ, ਜਿਹੜੀ ਕਿ ਫਿਰ ਬਹੁਤ ਲੰਬੀ ਦੇਰ ਤੱਕ ਉਹਦਾ ਇਲਾਜ ਕਰਨਾ ਪੈਂਦਾ ਹੈ। ਜੀ ਸੋ ਡਾਕਟਰ ਵਸੂਦਾ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਡਾਕਟਰ ਵਿਕਾਸ ਨੇ ਕੁਝ ਗੰਭੀਰ ਸਮੱਸਿਆਵਾਂ ਦਾ ਇੱਥੇ ਜ਼ਿਕਰ ਕੀਤਾ, ਹੋਮਿਓਪੈਥੀ ਦੇ ਵਿੱਚ ਉਹਨਾਂ ਦਾ ਕੀ ਇਲਾਜ ਹੈ, ਜਾਂ ਫਿਰ ਪ੍ਰੀਵੈਂਸ਼ਨ ਤਾਂ ਪਹਿਲਾਂ ਬੈਟਰ ਹੈ ਹੀ, ਪਰ ਜੇ ਪ੍ਰੀਵੈਂਸ਼ਨ ਨਾ ਹੋ ਸਕੇ, ਉਹ ਚੀਜ਼ ਹੋ ਜਾਏ, ਉਸ ਤੋਂ ਬਾਅਦ ਉਸਨੂੰ ਕਿਓਰ ਕਰਨ ਦਾ ਹੋਮਿਓਪੈਥੀ ਇਲਾਜ ਕੀ ਹੋਏਗਾ? ਮੈਮ, ਹੀਟ ਸਟ੍ਰੋਕ ਆਪਣੇ ਆਪ ਮੇਂ ਇੱਕ ਗੰਭੀਰ ਸਮੱਸਿਆ ਹੈ ਜੀ, ਇੱਕ ਮੈਡੀਕਲ ਐਮਰਜੈਂਸੀ ਹੈ, ਔਰ ਅਗਰ ਕੋਈ ਪੇਸ਼ੈਂਟ ਇਸ ਕੰਡੀਸ਼ਨ ਮੇਂ ਆਤਾ ਹੈ ਤੋ ਉਸਕੋ ਹਾਸਪਿਟਲਾਈਜ਼ ਕਰਨਾ ਜਾਂ ਡਾਕਟਰ ਕੇ ਪਾਸ ਲੈ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਹਮਾਰੇ ਲਈ ਘਾਤਕ ਹੋ ਸਕਤਾ ਹੈ ਜੀ। ਔਰ ਹੋਮਿਓਪੈਥੀ ਮੇਂ ਇਸਕੇ ਬੜੇ ਅੱਛੇ ਟ੍ਰੀਟਮੈਂਟ ਹੈ, ਅਗਰ ਕਿਸੀ ਪੇਸ਼ੈਂਟ ਕੋ ਚੱਕਰ ਆ ਰਹਾ ਹੈ, ਵੋਮਿਟਿੰਗਸ ਹੋ ਰਹੀ ਹੈ ਹੀਟ ਐਕਸਪੋਜ਼ਰ ਕੇ ਕਾਰਨ, ਤੋ ਇਪੇਕੋਪ, ਜਲਸੀਮੀਅਮ, ਬਹੁਤ ਸਾਰੀ ਮੈਡੀਸਨਸ ਆਤੀ ਹੈ, ਜੋ ਵੈਸੇ ਤੋ ਉਹ ਡਾਕਟਰ ਕੇ ਐਡਵਾਈਸ ਕਰਨੇ ਪਰ ਹੀ ਲੈਣੀ ਚਾਹੀਏ, ਕਿਉਂਕਿ ਡਾਕਟਰ ਹਮਾਰੀ ਹੋਮਿਓਪੈਥੀ ਮੇਂ ਸਿਮਟੋਮੈਟਿਕਲੀ ਟ੍ਰੀਟਮੈਂਟ ਹੋਤਾ ਹੈ ਜੀ, ਜੋ ਸਿਮਟਮਸ ਕੇ ਆਧਾਰ ਪਰ ਹੀ ਦਵਾ ਦੀ ਜਾਤੀ ਹੈ, ਲੇਕਿਨ ਫਿਰ ਵੀ ਐਮਰਜੈਂਸੀਜ਼ ਮੇਂ ਬਹੁਤ ਸਾਰੀ ਦਵਾਈਆਂ ਪੇਸ਼ੈਂਟ ਘਰ ਪੇ ਰੱਖ ਸਕਤਾ ਹੈ, ਕਿ ਬੱਚੋਂ ਵਾਲੇ ਘਰੋਂ ਮੇਂ ਆਮ ਤੌਰ ਪਰ ਬੱਚੇ ਐਕਸਪੋਜ਼ਰ ਮੇਂ ਆ ਜਾਤੇ ਹੈ ਔਰ ਦਿੱਕਤ ਹੋ ਜਾਤੀ ਹੈ, ਚਾਹੇ ਲੂਜ਼ ਮੋਸ਼ਨਸ ਹੋ, ਵੋਮਿਟਿੰਗਸ ਹੋ, ਤੋ ਵੈਰੇਟ੍ਰਮ ਐਲਬਮ, ਨੈਟ੍ਰਮਯੋਰ, ਇਸ ਤਰ੍ਹਾਂ ਕੇ ਮੈਡੀਸਨਸ ਆਤੀ ਹੈ ਹੋਮਿਓਪੈਥੀ ਮੇਂ, ਜੋ ਘਰ ਮੇਂ ਆਪ ਰੱਖ ਸਕਤੇ ਹੈ ਔਰ ਐਮਰਜੈਂਸੀ ਕੋ ਉਸ ਟਾਈਮ ਪੇ ਟੈਕਲ ਕਰ ਸਕਤੇ ਹੈ। ਇਸਕੇ ਇਲਾਵਾ ਅਗਰ ਹੀਟ ਸਟ੍ਰੋਕ ਹੈਡੇਕ ਹੈ, ਕਿਉਂਕਿ ਗਰਮੀ ਮੇਂ ਜਾਣੇ ਕੇ ਬਾਅਦ ਮੋਸਟਲੀ ਹੈਡੇਕ ਕੀ ਪ੍ਰੋਬਲਮ ਕਈ ਵਾਰ ਸੁਣਨੇ ਮੇਂ ਆਤੀ ਹੈ, ਆਮ ਤੌਰ ਪੇ ਲੇਡੀਜ਼ ਕੋ ਹੋ ਜਾਤਾ ਹੈ, ਤੋ ਉਸਮੇਂ ਗਲੋਨਾਈਨ ਔਰ ਨੈਟ੍ਰਮਯੋਰ, ਕੁਛ ਮੈਡੀਸਨਸ ਆਤੀ ਹੈ ਐਸੀ ਜਿਨਕੋ ਲੇਕਰ ਇਕਦਮ ਸੇ ਐਮਰਜੈਂਸੀ ਮੇਂ ਸੇ ਨਿਕਲਾ ਜਾ ਸਕਤਾ ਹੈ, ਉਸਕੇ ਬਾਅਦ ਆਪਣੇ ਫਿਜ਼ੀਸ਼ੀਅਨ ਕੇ ਪਾਸ ਆਪ ਜਾ ਕੇ ਔਰ ਆਪਣਾ ਟ੍ਰੀਟਮੈਂਟ ਲੈ ਸਕਤੇ ਹੈ ਜੀ। ਡਾਕਟਰ ਵਸੂਦਾ, ਯਹਾਂ ਪਰ ਆਪਸੇ ਯੇ ਵੀ ਜਾਨਣਾ ਚਾਹੇਂਗੇ ਕਿ ਗਰਮੀਓਂ ਮੇਂ ਅਕਸਰ ਦੇਖਾ ਜਾਤਾ ਹੈ, ਜੈਸੇ ਆਪਨੇ ਛੋਟੀ ਛੋਟੀ ਦਿੱਕਤੋਂ ਕਾ ਜ਼ਿਕਰ ਕੀਆ, ਇਨਕੇ ਲਈ ਕਈ ਵਾਰ ਐਲੋਪੈਥਿਕ ਦਵਾਈਓਂ ਕਾ ਸਹਾਰਾ ਲੈ ਲਿਆ ਜਾਤਾ ਹੈ ਔਰ ਵੋ ਕਈ ਵਾਰ ਰਿਐਕਟ ਕਰ ਜਾਤੀ ਹੈ, ਤੋ ਉਸਕੇ ਬਾਰੇ ਮੇਂ ਆਪ ਕਿਆ ਕਹੇਂਗੇ? ਮੈਮ, ਇਹ ਤੋ ਡਿਪੈਂਡ ਕਰਤਾ ਹੈ ਕਿ ਆਪਨੇ ਸਿਮਟਮਸ ਕੋ ਟੈਲੀ ਕੀਆ ਹੈ ਕਿ ਨਹੀਂ। ਕਈ ਵਾਰ ਕਿਆ ਹੋਤਾ ਹੈ ਕਿ ਹਮ ਸਿਮਟਮ ਕੋ ਸਮਝ ਹੀ ਨਹੀਂ ਪਾਤੇ, ਕੰਡੀਸ਼ਨ ਕੋ ਸਮਝ ਨਹੀਂ ਪਾਤੇ ਔਰ ਐਲੋਪੈਥੀ ਯਾ ਕੋਈ ਵੀ ਦਵਾ ਲੈ ਲੇਤੇ ਹੈ, ਜਿਸ ਚੀਜ਼ ਕੀ ਕ੍ਰਿਆ ਹੈ ਉਸਕੀ ਪ੍ਰਤੀਕ੍ਰਿਆ ਵੀ ਹੋਗੀ, ਜਿਸਕਾ ਐਕਸ਼ਨ ਹੈ ਉਸਕਾ ਰਿਐਕਸ਼ਨ ਵੀ ਹੋਗਾ। ਬਿਲਕੁਲ, ਤੋ ਸਭਸੇ ਪਹਿਲੇ ਤੋ ਸੈਲਫ ਮੈਡੀਕੇਸ਼ਨ ਸੇ ਐਲੋਪੈਥਿਕ ਮੇਂ ਬਚਣਾ ਚਾਹੀਏ, ਔਰ ਕਿਸੀ ਵੀ ਮੈਡੀਸਨ ਕੋ ਜਾਣਨੇ ਸੇ ਲੈਣੇ ਸੇ ਪਹਿਲੇ ਐਟਲੀਸਟ ਉਸਕੇ ਬਾਰੇ ਮੇਂ ਆਪਕੋ ਪਤਾ ਹੋਣਾ ਚਾਹੀਏ ਕਿ ਇਸਕੋ ਕੈਸੇ ਲੈਣਾ ਹੈ, ਖਾਲੀ ਪੇਟ ਨਹੀਂ ਲੈਣਾ, ਸਿਮਟਮਸ ਕੋ ਮੈਚ ਕਰਨਾ ਚਾਹੀਏ ਜੀ, ਅਗਰ ਬਲੱਡ ਪ੍ਰੈਸ਼ਰ ਰੇਜ਼ ਹੋ ਰਹਾ ਹੈ ਤੋ ਇੱਕ ਵਾਰ ਐਟਲੀਸਟ ਬਲੱਡ ਪ੍ਰੈਸ਼ਰ ਚੈੱਕ ਕਰਵਾਏ, ਉਸਕੇ ਬਾਅਦ ਮੈਡੀਕੇਸ਼ਨ ਸਟਾਰਟ ਕਰੇ,
जो होम रेमेडीज हैं पहले उनसे ट्रीट करके देखें, अगर लगता है कि बात नहीं बन रही है तो फिजिशियन की सलाह से ही मेडिसिन लेनी चाहिए हमेशा। जी डॉक्टर वसुधा, यहाँ पर आपसे ये भी जानना चाहेंगे, कपड़ों का जिक्र डॉक्टर विकास ने किया तो गर्मियों में अमूमन प्रेग्नेंट लेडीज की बात करें, एहतियातन तौर पर किस तरह के कपड़े उन्हें पहनने चाहिए ताकि जो अंदर भी एक जान सांस ले रही है उसको भी दिक्कत ना हो और वुमेन जो है, जो महिला खुद है, वो भी थोड़े ईज में रहे क्योंकि गर्मियों का माहौल है। जी मैम, आजकल तो ऑप्शन बहुत सारे हैं। वैसे तो हमें कॉटन पहनना चाहिए, लाइट कलर के कपड़े पहनने चाहिए क्योंकि वो हीट एब्जॉर्ब कम करते हैं जी, और खुले कपड़े हों, थोड़े लूज कपड़े पहने ताकि ब्रीदिंग में प्रॉब्लम ना आए, आपके पोर्स ओपन रहें, आपको पोर्स जो हैं वो ब्रीद करते रहें प्रॉपर। इसके अलावा आजकल मसलन कॉटन आ रही है, बहुत सारी मलमल आ रही है तो आप वो पहन सकते हैं। ऑर्गेनिक, आजकल तो ऑर्गेनिक कॉटन आ गई है जिसके अंदर कलर भी नहीं होता, डाई भी नहीं होती सिंथेटिक, वो बहुत बेनिफिशियल रहता है। और कोशिश करें कि सिल्क है या रेयन है, सिंथेटिक जो स्टफ है वो इस टाइम में अवॉइड किया जाए। इसके अलावा जो हम कई बार जो कई कपड़े पहनते हैं जिसमें कलर निकल रहा है, मतलब डाई जो है वो निकलती है, तो उन कपड़ों को इस मौसम में अवॉइड करें। जी डॉक्टर वसुधा से बात कर रहे थे, अब हुण डॉक्टर गुंजन दे नाल गल करदे आं। डॉक्टर गुंजन, कपड़ियां दा जिक्र खास तौर ते इत्थे कीता जा रहा सी, बच्चियां दे लई किस तरह दे कपड़े प्रेफरेबल तुसीं समझदे हो इस मौसम दे विच वरते जाण? बिल्कुल जी, बच्चों लिए भी सेम चीज़ मैं कहूँगी, कॉटन ते लूज कपड़े ही होने चाहिए हैं, प्योर कॉटन दे होने चाहिए हैं, तो जिदे इच प्रॉपरली मतलब खुला हग है, हवा जा रही है अंदरों, प्रॉपर हग है, वो चीज़ होनी चाहिए है, मेनटेन रहनी चाहिए है। तो दूसरा हैग है कि फ्रीकुएंट वॉशिंग जरूर बच्चों लिए, अगर स्पेशली समर्स इच फ्रीकुएंट वॉशिंग करते रहो, अगर दिन इच दो बार तीन बार भी चेंज करते करने पैंदे हैं तो डेफिनेटली चेंज करने चाहिए हैं। फ्रीकुएंट बाथ्स लेंदे रहन बच्चे, अगर दिन में दो या तीन बार भी बाथ ले रहे हैं वो बिल्कुल लेना चाहिए अगर जी। तो होर कोई मिक्स हो गया, सिंथेटिक्स हो गए, इवन डेनिम्स हो गए, सिल्क्स हो गए, वह जो कोई कपड़े बिल्कुल किसी भी टाइम पूरे डे 24 आवर्स इच नहीं अलाउ होने चाहिए हैं। तो सिंगल लेयर होना चाहिए, कई बार स्पेशली बिल्कुल छोटे बच्चे वाले पेरेंट्स आते हैं, वो पूछते भी है कि इनू कंबल दे दिए, ऊपर रजाइयाँ दे दिए, वो पेरेंट्स तो बहुत अच्छी तरह सोचना चाहिए कि अगर तुहानू जिन्नी गर्मी लग रही है छोटे बच्चे नू भी उन्नी ही गर्मी लगेगी, ऐ नहीं है कि उन्हें गर्मी नहीं लग रही हैगी है तो उन्हें असं कंबल भी दे दीए तो रजाई भी दे दीए, उन्हें भी उन्नी ही गर्मी लग रही है, इसलिए उन्हें भी कॉटन के सिंपल सिंगल लेयर कपड़े ही पाने है। दूसरा स्पेशली रूम टेंपरेचर जिमें कपड़िया की गल आई है, ACs की गल करते हैं छोटे बच्चे स्पेशली पूछते हैं कि मतलब किस टेंपरेचर पर रखिए, 20 डिग्री तो ले आइए, 18 तो ले आइए, एक कोशिश करना चाहिए कि रूम का टेंपरेचर मेनटेनड है, 25-26 डिग्रीज है, ताकि बच्चों को रोकना मुश्किल है, बच्चा हुने अंदर है कदों कमरे तो बाहर जाएगा तुसी भी तुहानू भी नहीं पता चलेगा, तब बहुत ज़्यादा ठंडे च भी नहीं रखना, बहुत ज़्यादा गर्म च भी नहीं रखना, एक टेंपरेचर मेंटेन रख के रखना है ताकि अंदर बाहर जा भी रहे थे एकदम सडन वेरिएशन नहीं आ रही है बॉडी में टेंपरेचर। डॉक्टर गुंजन, इतने मदर्स की गल की जाए तो उन्होंने कोशिश होंगी है कि बच्चे पूरा कवर करके भेजा जाए, पैरों के भी इतों तक कई बार सॉक्स के शूज़ भी उन्होंने वालों पहनाए जाते हैं ताकि बच्चा बाहर जाके जो ग्राउंड खेल रहा है तो उसको कितने सट वगैरह ना लगे या फिर कोई स्किन एलर्जी मिट्टी नाल ना हो जाए, बट गर्मी के मौसम के इसको कितों तक सही ठहराया जा सकता है? बिल्कुल,
ਅੰਦਰ ਜਦੋਂ ਘਰ ਵਿੱਚ ਹੈ ਸਿੰਪਲ ਜਿਵੇਂ ਨੋਰਮਲ ਚੱਪਲ ਜਾਂ ਨੋਰਮਲ ਸਲਿੱਪਰਸ ਪਾਏ ਹੁੰਦੇ ਹੈ ਉਹ ਪਾ ਕੇ ਬੱਚੇ ਰਹਿਣ, ਬਾਹਰ ਖੇਲਣ ਜਾ ਰਹੇ ਅਤੇ ਕੋਟਨ ਦੀ ਸੋਕਸ ਐਂਡ ਪ੍ਰੋਪਰ ਲਾਈਟ ਸ਼ੂਜ਼, ਮਤਲਬ ਬਹੁਤ ਜ਼ਿਆਦਾ ਕਵਰਡ ਐਂਡ ਲੈਦਰ ਵਾਲੇ ਉਹੋ ਜਿਹੀ ਚੀਜ਼ਾਂ ਨਹੀਂ ਪਾਉਣੀਆਂ, ਕੋਟਨ ਸੋਕਸ ਐਂਡ ਸ਼ੂਜ਼ ਪਾ ਕੇ ਜੋ ਸਪੋਰਟਸ ਖੇਲਣ ਜਾ ਰਹੇ ਹੈ ਅਕੋਰਡਿੰਗਲੀ ਜਾ ਸਕਦੇ ਹੈ ਬਿਲਕੁਲ। ਅਤੇ ਜਿਹੜਾ ਟਾਈਮ ਜਿਵੇਂ 11 ਤੋਂ 4 ਵਜੇ ਦਾ ਟਾਈਮ ਹੈ ਉਸ ਟਾਈਮ ਡੈਫੀਨੇਟਲੀ ਬਾਹਰ ਨਹੀਂ ਜਾਣ, ਅੰਦਰ ਹੀ ਰਹਿਣ, ਉਸ ਟਾਈਮ ਸਪੋਰਟਸ ਐਕਟੀਵਿਟੀਜ਼ ਹੋ ਗਿਆ, ਖੇਲਣਾ ਹੋ ਗਿਆ, ਉਹ ਸਭ ਕੁਝ ਅਵੋਇਡ ਕਰਨੀ ਚਾਹੀਦੀ ਹੈ। ਈਵਨਿੰਗ ਦੇ ਟਾਈਮ ਵਿੱਚ ਅਤੇ ਅਰਲੀ ਮਾਰਨਿੰਗਸ ਇਜ਼ ਦਾ ਰਾਈਟ ਟਾਈਮ, ਅਗਰ ਬੱਚੇ ਖੇਲਣਾ ਵੀ ਚਾਹੁੰਦੇ ਹੈ ਕੋਈ ਗੇਮਸ ਵਿੱਚ ਕਰ ਰਹੇ ਹੈਗੇ ਹੈ ਅਤੇ ਉਸ ਟਾਈਮ 'ਤੇ ਕਰਨ, ਉਸ ਟਾਈਮ 'ਤੇ ਸ਼ੋਕਸ ਐਂਡ ਸ਼ੂਜ਼ ਪਾ ਕੇ ਜਾਣ। ਕੋਟਨ ਸੋਕਸ ਇਹ ਬਿਲਕੁਲ ਚੈੱਕ ਕਰਕੇ ਰੱਖਣਾ, ਮੈਂ ਬਾਰ ਬਾਰ ਸਟ੍ਰੈਸ ਕਰ ਰਹੀ ਹਾਂ ਕਿ ਕੋਟਨ ਦੇ ਇਲਾਵਾ ਦੂਸਰਾ ਨਹੀਂ ਕੁਛ ਪਾਉਣਾ ਹੈਗਾ, ਅਤੇ ਜਿਵੇਂ ਹੀ ਖੇਲ ਕੇ ਆਏ ਹੈ ਸਵੈਟ ਹੁੰਦਾ ਹੈ ਪਸੀਨਾ ਆਇਆ ਹੁੰਦਾ, ਇਮੀਡੀਏਟਲੀ ਉਤਾਰ ਕੇ ਪੈਰ ਖੁੱਲ੍ਹੇ ਰੱਖਣੇ ਚਾਹੀਦੇ ਹਨ ਜੀ। ਡਾਕਟਰ ਵਿਕਾਸ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਗਰਮੀ ਦੇ ਮੌਸਮ ਦੇ ਵਿੱਚ ਅਮੂਮਨ ਪਸੀਨੇ ਦੀ ਦਿੱਕਤ ਜੋ ਹੈ ਉਹ ਕਾਫੀ ਲੋਕਾਂ ਨੂੰ ਸਤਾਉਂਦੀ ਹੈ, ਪਸੀਨਾ ਘੱਟ ਆਉਣਾ ਜਾਂ ਜ਼ਿਆਦਾ ਆਉਣਾ, ਦੋਵੇਂ ਹੀ ਸਿਚੁਏਸ਼ਨ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ ਖਤਰੇ ਕੀ ਨੇ ਜਾਂ ਫਿਰ ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਜੀ ਹਾਂ, ਪਸੀਨਾ ਜ਼ਿਆਦਾ ਆਉਣਾ ਅਤੇ ਘੱਟ ਆਉਣਾ ਦੋਨੋਂ ਹੀ ਕਈ ਹਿਡਨ ਬਿਮਾਰੀਆਂ ਦੇ ਲੱਛਣ ਵੀ ਹੁੰਦੇ ਨੇ, ਅਤੇ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਪਸੀਨਾ ਬਹੁਤ ਹੀ ਅਧਿਕ ਆਉਂਦਾ, ਮਤਲਬ ਨੋਰਮਲ ਤੋਂ ਵੀ ਜ਼ਿਆਦਾ, ਕਈਆਂ ਦੇ ਤਾਂ ਛੋਟੇ ਬੱਚੇ, ਉਹਨਾਂ ਦੇ ਇਗਜ਼ਾਮਸ ਹੈ, ਉਹਨਾਂ ਦੇ ਹੱਥਾਂ 'ਚੋਂ ਇੰਨਾ ਪਸੀਨਾ ਆ ਰਿਹਾ ਹੁੰਦਾ ਕਿ ਉਹਨਾਂ ਦੀ ਪੂਰੀ ਇਗਜ਼ਾਮ ਸ਼ੀਟਸ ਹੀ ਗਿੱਲੀਆਂ ਹੋ ਜਾਂਦੀ ਹੈ। ਉਸ ਡਿਜ਼ੀਜ਼ ਨੂੰ ਹਾਈਪਰ ਹਾਈਡਰੋਸਿਸ ਕਹਿੰਦੇ ਹਾਂ। ਹਾਈਪਰ ਹਾਈਡਰੋਸਿਸ ਦੀ ਵੀ ਅੱਗੇ ਕਈ ਕਿਸਮਾਂ ਹੁੰਦੀ ਹੈ, ਇੱਕ ਹੁੰਦੀ ਹੈ ਪਾਮੋ ਪਲੈਂਟਰ ਹਾਈਪਰ ਹਾਈਡਰੋਸਿਸ, ਜਿਹੜੀ ਸਿਰਫ ਹਥੇਲੀ ਅਤੇ ਪਾਉਂ ਦੇ ਨਿਚਲੇ ਹਿੱਸੇ ਤੋਂ ਹੀ ਜਿਹੜੇ ਸਵੈਟ ਗਲੈਂਡਸ ਹੁੰਦੇ ਹੈ ਉਹ ਹਾਈਪਰ ਇਨਰਵੇਟਿਡ ਹੁੰਦੇ ਹੈ, ਉਹ ਸਵੈਟ ਬਹੁਤ ਜ਼ਿਆਦਾ ਸਿਕਰੀਟ ਕਰ ਰਹੇ ਹੁੰਦੇ। ਇੱਕ ਐਗਜ਼ਿਲਰੀ ਹਾਈਪਰ ਹਾਈਡਰੋਸਿਸ ਹੁੰਦੀ ਹੈ ਜਿਹੜੀ ਅੰਡਰ ਆਰਮਸ ਦੇ ਵਿੱਚੋਂ ਪਸੀਨਾ ਕਈਆਂ ਨੂੰ ਬਹੁਤ ਜ਼ਿਆਦਾ ਆ ਰਿਹਾ ਹੁੰਦਾ, ਤਾਂ ਇੱਕ ਸੈਟ ਆਫ ਡਿਸਆਰਡਰ ਹੈ। ਅਤੇ ਜਿਨ੍ਹਾਂ ਨੂੰ ਇਹ ਡਿਜ਼ੀਜ਼ ਹੈ ਉਹਨਾਂ ਲਈ ਪੂਰਾ ਸਕਿਨ ਕੇਅਰ ਰੂਟੀਨ ਹੀ ਬਦਲਾਵ ਦੀ ਲੋੜ ਹੁੰਦੀ ਹੈ। ਕੱਪੜਿਆਂ ਦਾ ਤਾਂ ਹੈ ਹੀ ਹੈ ਕਿ ਲੂਜ਼ ਕੋਟਨ ਦੇ ਕੱਪੜੇ, ਪਲੱਸ ਸਪੈਸ਼ਲ ਮੈਡੀਕੇਸ਼ਨਸ ਵੀ ਉਹਨਾਂ ਨੂੰ ਲੈਣੀ ਪੈਂਦੀਆਂ। ਟੋਪੀਕਲ ਲੋਸ਼ਨਸ ਆਉਂਦੇ ਹੈ, ਐਂਟੀ ਪਰਸਪੀਰੈਂਟਸ ਆਉਂਦੇ ਹੈ ਜਿਹੜੇ ਕਿ ਉਹਨਾਂ ਨੂੰ ਅਪਲਾਈ ਕਰਨੇ ਪੈਂਦੇ ਹੈ ਪਾਮਸ ਅਤੇ ਸੋਲਸ 'ਤੇ, ਜਿਹੜੇ ਏਰੀਆਜ਼ ਦੇ ਵਿੱਚ ਸਵੈਟ ਗਲੈਂਡਸ ਜ਼ਿਆਦਾ ਹਾਈਪਰ ਇਨਰਵੇਟਿਡ ਹੈਗੇ। ਜੇ ਸਪੋਜ਼ ਕਿਸੇ ਨੂੰ ਸਿਰਫ ਹਥੇਲੀ ਅਤੇ ਪਾਉਂ ਦੇ ਨਿਚਲੇ ਪਾਸੇ ਦੀ ਪਸੀਨਾ ਆ ਰਿਹਾ ਤਾਂ ਉਹਨਾਂ ਨੂੰ ਸਿੰਪਲ ਪਾਣੀ ਦੇ ਵਿੱਚ 10 ਮਿੰਟ ਤੱਕ ਡੁਬੋ ਕੇ ਰੱਖਣੇ ਹੱਥ ਅਤੇ ਪਾਉਂ। ਉਸ ਤੋਂ ਬਾਅਦ ਫਿਰ ਇੱਕ ਸਕਿਨ ਮੈਡੀਸਨਸ ਆਉਂਦੀ ਹੈ ਐਂਟੀ ਪਰਸਪੀਰੈਂਟ ਜਿਹੜੀ ਉਹ ਲਗਾਉਣੀ ਹੁੰਦੀ ਹੈ ਹਥੇਲੀ 'ਤੇ ਅਤੇ ਪਾਉਂ 'ਤੇ, ਅਤੇ ਇਹ ਉਪਾਏ ਕਰਕੇ ਉਹ ਹੋਰ ਅੱਗੇ ਆਉਣ ਵਾਲੀ ਕੰਪਲੀਕੇਸ਼ਨਸ ਤੋਂ ਬਚ ਸਕਦੇ ਹੈ, ਕਿਉਂਕਿ ਜਿਹਨਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਉਹਨਾਂ ਨੂੰ ਫੰਗਲ ਇਨਫੈਕਸ਼ਨ ਅਤੇ ਬੈਕਟੀਰੀਅਲ ਇਨਫੈਕਸ਼ਨਸ ਦੇ ਵੀ ਚਾਂਸਿਸ ਬਹੁਤ ਜ਼ਿਆਦਾ ਹੁੰਦੇ। ਜਿਹਨਾਂ ਨੂੰ ਪਸੀਨਾ ਘੱਟ ਆਉਂਦਾ ਉਹ ਵੀ ਹੋਰ ਸਕਿਨ ਪ੍ਰੋਬਲਮਸ ਨੂੰ ਅਰਾਈਜ਼ ਕਰ ਸਕਦਾ। ਜਿਸ ਤਰ੍ਹਾਂ ਇੱਕ ਡਿਜ਼ੀਜ਼ ਹੁੰਦੀ ਹੈਗੀ ਹੈ ਪਿਟਰੋਸਪੋਰਮ ਫੋਲੀਕੁਲਾਈਟਿਸ, ਇਹਦੇ ਵਿੱਚ ਛੋਟੇ ਛੋਟੇ ਦਾਣੇ ਉੱਭਰ ਕੇ ਆ ਜਾਂਦੇ ਹੈ ਪਿੱਠ ਦੇ ਉੱਪਰ, ਚੈਸਟ ਦੇ ਉੱਪਰ, ਜਿੱਥੇ ਇੱਥੇ ਸਿਬੇਸ਼ੀਅਸ ਗਲੈਂਡਸ ਜ਼ਿਆਦਾ ਹੈ ਸਿਬੋਰਿਕ ਏਰੀਆਸ ਦੇ ਵਿੱਚ। ਫਿਰ ਉਸਦੀ ਟ੍ਰੀਟਮੈਂਟ ਵੱਖਰੀ ਹੁੰਦੀ ਹੈ ਜਿਹੜੀ ਲੈਣੀ ਪੈਂਦੀ ਹੈ। ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਪੇਰੈਂਟਸ ਅਰਲੀ ਪਹਿਚਾਨਣਾ ਬੜਾ ਜ਼ਰੂਰੀ ਹੈ ਕਿ ਉਹਨਾਂ ਦੀ ਬੱਚਿਆਂ ਦੇ ਜਿਹੜੇ ਗਲੈਂਡਸ ਹੈ ਉਹ ਕਿਤੇ ਐਬਨੋਰਮਲੀ ਬਿਹੇਵ ਤਾਂ ਨਹੀਂ ਕਰ ਰਹੇ, ਵੈਦਰ ਦੇਰ ਇਜ਼ ਹਾਈਪਰ ਸਿਕ੍ਰੀਸ਼ਨ ਆਫ ਦਾ ਸਵੈਟ ਜਾਂ ਬਹੁਤ ਹੀ ਘੱਟ ਸਿਕ੍ਰੀਸ਼ਨ ਹੈ। ਦੋਨਾਂ ਦੇ ਵਿੱਚ ਉਸੇ ਹਿਸਾਬ ਨਾਲ ਸਕਿਨ ਕੇਅਰ ਰੂਟੀਨ ਦਾ ਪੂਰਾ ਬਦਲਾਵ ਕਰਨਾ ਪੈਂਦਾ। ਕਈ ਲੋਕਾਂ ਨੂੰ ਜਿਹਨਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਉਹ ਬਹੁਤ ਜ਼ਿਆਦਾ ਹੀ ਜਿਸ ਤਰ੍ਹਾਂ
ਫ੍ਰੀਕੁਐਂਟਲੀ ਸੋਪਸ ਦਾ ਬਾਥ ਬਹੁਤ ਜ਼ਿਆਦਾ ਹੀ ਲੈਣਾ ਸ਼ੁਰੂ ਕਰ ਦਿੰਦੇ ਹਾਂ, ਉਹ ਵੀ ਠੀਕ ਨਹੀਂ ਹੈ। ਮਤਲਬ ਬਹੁਤ ਜ਼ਿਆਦਾ ਓਵਰ ਯੂਜੇਜ ਆਫ ਹੈਂਡ ਸੈਨੀਟਾਈਜ਼ਰਸ ਐਂਡ ਓਵਰ ਯੂਜੇਜ ਆਫ ਜਿਹੜੀ ਐਂਟੀ ਬੈਕਟੀਰੀਅਲ ਸੋਪਸ ਹੈ, ਐਂਟੀਸੈਪਟਿਕ ਸੋਪਸ ਹੈ, ਉਹ ਵੀ ਸਕਿਨ ਲਈ ਹਾਰਮਫੁਲ ਹੈ। ਕਈ ਲੋਕ ਬਹੁਤ ਜ਼ਿਆਦਾ ਪੇਰੈਂਟਸ ਇੰਨੇ ਓਵਰ ਕੌਨਸ਼ੀਅਸ ਹੁੰਦੇ ਹੈ ਕਿ ਬੱਚਾ ਥੋੜ੍ਹਾ ਵੀ ਖੇਲ ਕੇ ਬਾਹਰ ਤੋਂ ਆਇਆ ਤਾਂ ਉਹਦੇ ਹੈਂਡ ਸੈਨੀਟਾਈਜ਼ਰ ਨਾਲ ਪਹਿਲਾਂ ਹੱਥ ਵਾਸ਼ ਕਰਦੇ ਹਾਂ। ਪਰ ਓਵਰ ਯੂਜੇਜ ਆਫ ਹੈਂਡ ਸੈਨੀਟਾਈਜ਼ਰ ਜਿਹੜਾ ਹੈ ਉਹ ਇਟਸੈਲਫ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ, ਜਿਸ ਤਰ੍ਹਾਂ ਕਿ ਇਰੀਟੈਂਟ ਐਂਡ ਐਲਰਜੀ ਕੰਟੈਕਟ ਡਰਮੇਟਾਈਟਿਸ ਅਤੇ ਕਈ ਪੇਸ਼ੈਂਟਸ ਆਉਂਦੇ ਹੈ ਸੈਕੰਡਰੀ ਟੂ ਹੈਂਡ ਸੈਨੀਟਾਈਜ਼ਰਸ, ਅਤੇ ਅੱਜ ਕੱਲ੍ਹ ਉਹ ਬੱਚਿਆਂ 'ਚ ਹੀ ਜ਼ਿਆਦਾ ਕਾਮਨ ਹੋਣਾ ਸ਼ੁਰੂ ਹੋ ਗਿਆ। ਐਂਡ ਜਿਹੜੇ ਬਹੁਤ ਜ਼ਿਆਦਾ ਐਂਟੀ ਬੈਕਟੀਰੀਅਲ ਸੋਪਸ ਜਾਂ ਹੈਂਡ ਸੈਨੀਟਾਈਜ਼ਰਸ ਯੂਜ਼ ਕਰਦੇ ਹੈ ਉਹਨਾਂ ਨੂੰ ਜੇ ਨੋਰਮਲ ਬੈਕਟੀਰੀਅਲ ਇਨਫੈਕਸ਼ਨਸ ਵੀ ਹੋ ਜਾਣ ਉਹ ਫਿਰ ਆਮ ਐਂਟੀਬਾਇਓਟਿਕਸ ਤੋਂ ਵੀ ਰੈਜ਼ਿਸਟੈਂਟ ਹੋਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਹੈ। ਓਕੇ, ਤਾਂ ਉਹਨਾਂ ਨੂੰ ਹੋਰ ਸਟਰੋਂਗ ਐਂਟੀਬਾਇਓਟਿਕਸ ਵੀ ਦੇਣੀ ਪੈਂਦੀ ਹੈ, ਤਾਂ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਵੀ ਬਹੁਤ ਇੰਪੋਰਟੈਂਟ ਹੈ। ਰਾਈਟ ਡਾਕਟਰ ਵਿਕਾਸ, ਇੱਥੇ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ, ਗਰਮੀਆਂ ਦੇ ਵਿੱਚ ਅਕਸਰ ਹੀ ਡੀਹਾਈਡਰੇਟ ਹੋ ਜਾਂਦੀ ਹੈ, ਸਕਿਨ ਬਹੁਤ ਡਰਾਈ ਹੋਣ ਲੱਗ ਜਾਂਦੀ ਹੈ, ਉਸਨੂੰ ਐਕਸਟਰਨਲੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੋਇਸਚਰ ਲਗਾ ਲਿੱਤਾ ਜਾਵੇ ਜਾਂ ਮੋਇਸਚਰਾਈਜ਼ਰ ਨਾਲ ਕੀਤਾ ਜਾਂਦਾ, ਜਾਂ ਫਿਰ ਬਾਹਰ ਧੁੱਪ ਦੇ ਵਿੱਚ ਜਾਂਦੇ ਹਾਂ ਤਾਂ ਸਨਸਕ੍ਰੀਨ ਯੂਜ਼ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਟੈਨਿੰਗ ਵਗੈਰਾ ਤੋਂ ਬਚਣ ਦੀ, ਬਟ ਇੰਟਰਨਲ ਜੋ ਸਾਡੀ ਡਾਇਟ ਦਾ ਕੀ ਇਸ ਦੇ ਵਿੱਚ ਅਹਿਮ ਯੋਗਦਾਨ ਰਹਿੰਦਾ, ਅਤੇ ਡਾਇਟ ਕਿਸ ਤਰ੍ਹਾਂ ਉਸਦੇ ਕੀ ਖਾਣਾ ਪੀਣਾ ਪਲਾਨ ਕਰਨਾ ਚਾਹੀਦਾ ਤਾਂ ਜੋ ਸਕਿਨ ਡੀਹਾਈਡਰੇਸ਼ਨ ਤੋਂ ਇਸ ਮੌਸਮ ਦੇ ਵਿੱਚ ਬਚਿਆ ਜਾ ਸਕੇ? ਹਾਂਜੀ, ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇੱਕ ਵਾਰ ਜੇ ਸਕਿਨ ਡੀਹਾਈਡਰੇਟ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਹੋਰ ਸਾਰੀ ਕੰਪਲੀਕੇਸ਼ਨਸ ਅਰਾਈਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰੀ ਚੀਜ਼ਾਂ ਤੋਂ ਬਚਣ ਲਈ ਹਾਈਡਰੇਸ਼ਨ ਇਜ਼ ਵੈਰੀ ਇੰਪੋਰਟੈਂਟ, ਐਂਡ ਕਈ ਲੋਕ ਇਸ ਤਰ੍ਹਾਂ ਉਹਨੇ ਜਿਹੜੇ ਬਹੁਤ ਜ਼ਿਆਦਾ ਪ੍ਰੋਨ ਹੈ, ਮਤਲਬ ਜਿਹੜਾ ਉਹਨਾਂ ਦਾ ਟੋਪ ਮੋਸਟ ਸਕਿਨ ਲੇਅਰ ਹੁੰਦਾ ਹੈ ਐਪੀਡਰਮਲ ਲੇਅਰ, ਉਹ ਬਹੁਤ ਹੀ ਜਲਦੀ ਹੀ ਡੀਹਾਈਡਰੇਟ ਹੋਣ ਦੀ ਟੈਂਡੈਂਸੀ ਰੱਖਦਾ ਹੈ। ਉਹਨਾਂ ਦੇ ਜਿਹੜੇ ਸੈਲਸ ਹੁੰਦੇ ਸਕਿਨ ਦੇ ਉਹਨਾਂ ਦੀ ਵਾਟਰ ਹੋਲਡਿੰਗ ਕਪੈਸਿਟੀ ਹੀ ਘੱਟ ਹੁੰਦੀ ਹੈ, ਰਾਈਟ, ਤਾਂ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਔਰ ਵੈਸੇ ਸਾਰਿਆਂ ਲਈ ਵੀ ਐਟਲੀਸਟ 8 to 10 ਗਲਾਸਿਸ ਆਫ ਵਾਟਰ ਅ ਡੇ, ਬੀਟਾ ਕੈਰੋਟੀਨਸ ਦੀ ਮਾਤਰਾ ਡਾਇਟ ਦੇ ਵਿੱਚ ਹੋਣੀ ਜ਼ਰੂਰੀ ਹੈ, ਵਿਟਾਮਿਨ ਸੀ ਵਾਲੀ ਚੀਜ਼ਾਂ ਜ਼ਿਆਦਾ ਲੈਣਾ ਹੈ, ਨਾਰੀਅਲ ਪਾਣੀ ਬਹੁਤ ਹੈਲਪਫੁਲ ਹੈ, ਐਂਡ ਜਿਹੜੀ ਸਨ ਟੈਨਿੰਗ ਵੀ ਹੈ ਉਹਦੇ ਵਿੱਚ ਵੀ ਬੀਟਾ ਕੈਰੋਟੀਨਸ ਜੇ ਲਈ ਜਾਣ ਤਾਂ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ, ਕਿਉਂਕਿ ਬੀਟਾ ਕੈਰੋਟੀਨਸ ਦੇ ਕਨੈਕਟ ਐਸ ਅ ਸਿਸਟਮਿਕ ਸਨਸਕ੍ਰੀਨ। ਓਕੇ, ਟੋਪੀਕਲ ਸਨਸਕ੍ਰੀਨਸ ਵੀ ਡਿਪੈਂਡ ਕਰਦਾ, ਸਨਸਕ੍ਰੀਨ ਜਦੋਂ ਆਪਾਂ ਕੋਈ ਵੀ ਖਰੀਦਣਾ ਚਾਹੁੰਦੇ ਹਾਂ ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਉਹਦੇ SPF ਤੋਂ ਨਾ ਖਰੀਦੀਏ, ਉਹਦੇ ਲੇਬਲਸ ਪੜ੍ਹੀਏ, ਦੇ ਸ਼ੁੱਡ ਬੀ ਬੋਥ UVA ਐਂਡ UVB ਪ੍ਰੋਟੈਕਟਿਵ, ਕਿਉਂਕਿ ਜ਼ਿਆਦਾਤਰ ਜਿਹੜਾ SPF ਹੈ ਉਹ UVA ਦੇ ਹਿਸਾਬ ਨਾਲ ਹੀ ਲੇਬਲ ਕੀਤਾ ਜਾਂਦਾ ਹੈ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਸਨਸਕ੍ਰੀਨ ਜਿਹਦਾ SPF 100 ਹੈ ਉਹ ਜਿਹਦਾ SPF 30 ਹੈ ਉਸ ਤੋਂ ਜ਼ਿਆਦਾ ਬੈਟਰ ਹੈ। SPF ਆਪਣੀ ਇੰਡੀਅਨ ਸਕਿਨ ਲਈ 20 ਕਾਫੀ ਹੈ, ਬਟ ਇਟ ਸ਼ੁੱਡ ਬੀ ਬੋਥ UVA ਐਂਡ UVB ਪ੍ਰੋਟੈਕਟਿਵ, ਐਟ ਦਾ ਸੇਮ ਟਾਈਮ ਇਟ ਸ਼ੁੱਡ ਬੀ ਹਾਈਪੋ ਐਲਰਜੈਨਿਕ ਐਂਡ ਨੋਨ ਕੋਮੇਡੋਜੈਨਿਕ, ਕਿਉਂਕਿ ਕਈਆਂ ਨੂੰ ਸਨਸਕ੍ਰੀਨ ਤੋਂ ਵੀ ਰਿਐਕਸ਼ਨ ਅਤੇ ਸਨਸਕ੍ਰੀਨ ਤੋਂ ਵੀ ਪਿੰਪਲਸ ਹੋਣ ਦੇ ਚਾਂਸਿਸ ਹੁੰਦੇ ਆ, ਐਕਨੇ ਵਗੈਰਾ। ਸਪੋਰਟਸ ਐਕਟੀਵਿਟੀਜ਼ 'ਚ ਵੀ ਜਿਸ ਤਰ੍ਹਾਂ ਸਵਿਮਿੰਗ ਵੀ ਜੇ ਕਰਨੀ ਹੈ ਤਾਂ ਇਸ ਮੌਸਮ ਦੇ ਵਿੱਚ ਸਿਲੈਕਟ ਕਰਨ ਕਿ ਇਨਡੋਰ ਪੂਲਸ ਹੀ ਹੋਣ, ਕਿਉਂਕਿ ਜਿਹੜੀ UV ਰੇਸ ਵਾਟਰ ਸਰਫੇਸ ਤੋਂ ਰਿਫਲੈਕਟ ਹੋ ਕੇ ਆਉਣੀ ਹੈ ਉਹ ਵੀ ਸਨ ਟੈਨਿੰਗ ਬਹੁਤ ਜ਼ਿਆਦਾ ਵਧਾ ਸਕਦੀਆਂ। ਇਨ ਕੋਂਬੀਨੇਸ਼ਨ ਜੇ ਕਲੋਰੀਨ ਦੀ ਮਾਤਰਾ ਵੀ ਸਵਿਮਿੰਗ ਪੂਲ 'ਚ ਕਈ ਵਾਰ ਜ਼ਿਆਦਾ ਹੁੰਦੀ ਹੈ ਤਾਂ ਉਹ ਵੀ ਹੇਅਰ ਦੇ ਕਲਰ ਨੂੰ ਅਤੇ ਸਕਿਨ ਦੇ ਕਲਰ ਨੂੰ ਇਫੈਕਟ ਕਰਦੀ ਹੈ। ਡਾਕਟਰ ਵਸੂਦਾ, ਯਹਾਂ ਪਰ ਆਪਸੇ ਵੀ ਜਾਨਣਾ ਚਾਹੇਂਗੇ, ਖਾਸ ਤੌਰ ਪਰ ਅਗਰ ਪ੍ਰੈਗਨੈਂਟ ਲੇਡੀਜ਼ ਕੀ ਬਾਤ ਕੀ ਜਾਏ
तो डाइट का किस तरह से ख्याल रखा जा सकता है ताकि स्किन की दिक्कत भी ना हो, डिहाइड्रेशन से काफी और भी दिक्कतें आ सकती हैं महिला को, तो उस सिचुएशन में उन हालातों में किस तरह की डाइट जो है एक प्रेग्नेंट लेडी को लेनी चाहिए? मैम एक सीधा सा फॉर्मूला है कि आपके 100 किलोमीटर के अंदर जो चीज पैदा होती है, जिस चीज की पैदावार है, आप वो सब खाएं। आपके आसपास वाटरमेलन, मेलन, हरियाणा पंजाब की मैं बात कर रही हूँ जहाँ हम रह रहे हैं, वहाँ आसपास इतना फ्रूट है, आड़ू बहुत ज्यादा होता है, आलू बुखारा बहुत ज्यादा है, वाटरमेलन, मेलन्स, नारियल, इसके अलावा बहुत सारी सब्जियां हैं, खीरा, ककड़ी, कद्दू, बहुत सारी सब्जियां हैं। तो कोशिश करें कि हर चीज को हम अपनी डेली रूटीन में थोड़ा थोड़ा लेते रहें। छाछ बहुत अच्छी है, छाछ के अलावा इसके नींबू पानी बहुत अच्छा है, आप इसके अलावा जौ का सत्तू ले सकते हैं, जौ का आटा, जई का आटा, ये सब आटा मिक्स करके आप अपने आटे में मिला लें, उसमें थोड़ा चने का आटा भी मिला लें ताकि आपकी बॉडी जो है वो सारे सप्लीमेंट टाइम टाइम पर लेती रहे। राइट। इसके अलावा सबसे अच्छा धनिया और पुदीना की चटनी है, ये आपके डाइजेशन को भी ठीक करती है। इसके अलावा आपको वॉमिटिंग, नोजिया, जो चीजें प्रेग्नेंट लेडीज में आमतौर पर देखी जाती हैं स्टार्टिंग डेज में, वो सब आप उससे बच सकते हैं। आजकल मौसमी बहुत अच्छी आ रही है, आप मौसमी का जूस ले सकते हैं, पाइनएप्पल ले सकते हैं। मार्केट इस टाइम तो फ्रूट से भरी हुई है, आप अपनी पसंद का कुछ भी खाएंगे जो आपके एरिया में होता है वो हमेशा आपके लिए बेनिफिशियल रहेगा। ओके जी, सो डॉक्टर गुंजन थोड़े तो जानना चाहवांगे, बच्चों की गल थोड़े नाल कर रहे हैं कि स्पेशली जो बहुत छोटे बच्चे ने जो हजे बैड पर ही ने, उन्हां दी जो केयर करते हैं जो उन्हां दी मदर्स, कई बार तेल नाल मालिश की जाती है या फिर पाउडर दे नाल कोशिश की जाती है, वख वख कंपनीज के पाउडर ने मार्केट दे विच कि बच्चे नूं ड्राई रख्या जाए अजिहे मौसम दे विच पसीने तो बचाउण दे लई, तेल नाल मालिश करना किन्ना कु इस मौसम दे विच लाहेवंद हो सकता है या खतरनाक हो सकता है, ते पाउडर दा इस्तेमाल ज़्यादा करना हद तो ज़्यादा वो किन्ना कु खतरनाक या उसका की लाहा हो सकता है? पाउडर दी पहले गल करांगे, किसी भी तरह दा कोई भी पाउडर छोटे बच्चों लिए स्पेशली साल दे घट बच्चों लिए रेकमेंडेड नहीं है। वो बिल्कुल भी यूज़ नहीं करना चाहिए गा, ਉਹਨਾਂ ਦੇ ਅੱਗੇ ਜਾ ਕੇ ਐਲਰਜਿਕ ਦੇ ਐਲਰਜੀ ਸਕਿਨ ਦੀ ਹੋ ਗਈ, ਦੂਸਰੀ ਸਾਹ ਵਾਲੀ ਹੋ ਗਈ, ਐਸਥਮਾ ਹੋ ਗਿਆ, ਇਹੋ ਜਿਹੀ ਚੀਜ਼ਾਂ ਦੀ ਐਲਰਜੀ ਬਿਲਕੁਲ ਇਨਕਰੀਜ਼ ਹੋ ਜਾਂਦੀ ਹੈ, ਅਤੇ ਕਿਸੇ ਵੀ ਕੰਪਨੀ ਦਾ ਕੋਈ ਪਾਊਡਰ ਬੱਚਿਆਂ ਲਈ ਨਹੀਂ ਯੂਜ਼ ਕਰਨਾ ਚਾਹੀਦਾ। ਸਕਿਨ ਨਹਾਉਂਦੇ ਹੈ ਬੱਚੇ, ਨਹਾਉਣ ਤੋਂ ਬਾਅਦ ਡਰਾਈ ਹੁੰਦੀ ਹੈ, ਡਰਾਈ ਰੱਖਣੀ ਚਾਹੀਦੀ ਹੈ, ਉਸ ਤੋਂ ਬਾਅਦ ਕੋਈ ਲੋਸ਼ਨ, ਕੋਈ ਪਾਊਡਰ, ਅਨਲੈਸ ਰੈਕਮੈਂਡਡ ਹੈ ਕਿਸੇ ਨੂੰ ਕਿਸੇ ਪ੍ਰੋਬਲਮ ਕਾਰਨ ਜਾਂ ਕਿਸੇ ਸੈਂਸਿਟਿਵਿਟੀ ਕਾਰਨ ਦੇ ਰਿਹਾ, ਕੁਛ ਨਹੀਂ ਲਗਾਉਣਾ ਚਾਹੀਦਾ। ਨਹਾਉਣ ਤੋਂ ਪਹਿਲੇ ਅਗਰ ਮਾਲਿਸ਼ ਕਰਨੀ ਹੈ ਕਿਸੇ ਨੋਰਮਲ ਲਾਈਟ ਤੇਲ ਨਾਲ ਕਰ ਸਕਦੇ ਹੈ, ਜਿਵੇਂ ਕਈ ਪੇਰੈਂਟਸ ਹੈ ਕਿ ਘੀ ਯੂਜ਼ ਕਰਦੇ ਹੈ, ਸਰਸੋਂ ਦਾ ਤੇਲ ਯੂਜ਼ ਕਰਦੇ ਹੈ, ਉਹ ਚੀਜ਼ਾਂ ਬਿਲਕੁਲ ਅਵੋਇਡ ਕਰਨੀਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਬਹੁਤ ਜ਼ਿਆਦਾ ਸਮਰਸ ਵਿੱਚ ਸਕਿਨ ਐਲਰਜੀ ਦੇ ਚਾਂਸਿਸ ਇਨਕਰੀਜ਼ ਰਹਿੰਦੇ ਹੈ। ਜੋ ਮਾਲਿਸ਼ ਕਰਨੀ ਵੀ ਹੈਗੀ ਹੈ, ਹਾਫ ਐਨ ਆਵਰ ਨਹਾਉਣ ਤੋਂ ਪਹਿਲਾਂ ਨਹਾਉਣ ਕਰਨੀ ਹੈ ਬੇਬੀਜ਼ ਦੇ, ਨਹਾਉਣ ਤੋਂ ਬਾਅਦ ਬਿਲਕੁਲ ਕੁਛ ਅਵੋਇਡ, ਮਤਲਬ ਕੁਛ ਨਹੀਂ ਲਗਾਉਣਾ ਸਕਿਨ 'ਤੇ, ਕੋਈ ਪਾਊਡਰ, ਕੋਈ ਲੋਸ਼ਨ, ਸਪੈਸ਼ਲੀ ਡਾਇਪਰ ਵਾਲੇ ਏਰੀਆ 'ਤੇ ਬੱਚਿਆਂ ਨੂੰ ਲਗਾਉਂਦੇ ਹੈ ਪੇਰੈਂਟਸ, ਉਹਦੇ ਹੋਰ ਜ਼ਿਆਦਾ ਐਲਰਜੀ ਇਨਕਰੀਜ਼ ਹੁੰਦੀ ਹੈਗੀ ਹੈ, ਉੱਥੇ ਉਹਦੇ ਨਾਲ ਇਨਕਰੀਜ਼ ਚਾਂਸਿਸ ਆਫ ਰੈਸ਼ਿਸ ਹੈਗੇ ਹੈ, ਇਨਕਰੀਜ਼ ਐਲਰਜੀ ਦੇ ਚਾਂਸਿਸ ਹੈ ਪੂਰੇ ਸਕਿਨ 'ਤੇ, ਤਾਂ ਉਹ ਬਿਲਕੁਲ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ। ਡਾਕਟਰ ਵਿਕਾਸ, ਅਗਰ ਲੱਗ ਰਿਹਾ ਹੈ ਕਿ ਬੱਚਾ ਜੀ ਕੰਟੀਨਿਊ ਬੱਚੇ ਮਤਲਬ ਹਾਂਜੀ ਅਗਰ ਲੱਗ ਰਿਹਾ ਹੈ ਕਿ ਬੱਚੇ ਨੂੰ ਜ਼ਿਆਦਾ ਪਸੀਨਾ ਆ ਰਿਹਾ, ਤੁਸੀਂ ਫ੍ਰੀਕੁਐਂਟ ਨਲਾ ਦਿਓ,
ਉਹਦਾ ਹੀ ਉਹੀ ਸੋਲਿਊਸ਼ਨ ਹੈ, ਰਾਦਰ ਦੈਨ ਯੂਜ਼ਿੰਗ ਪਾਊਡਰ ਨਾਲ ਸੁਕਾਓ, ਪਾਊਡਰ ਨਾਲ ਡਰਾਈ ਕਰੋ, ਉਹ ਚੀਜ਼ ਬਿਲਕੁਲ ਅਵੋਇਡ ਕਰਨੀ ਚਾਹੀਦੀ ਹੈ। ਸੋ ਡਾਕਟਰ ਵਿਕਾਸ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਗਰਮੀਆਂ ਦਾ ਮੌਸਮ ਹੈ, ਅਕਸਰ ਹੀ ਸਕਿਨ ਦੀਆਂ ਜਿਹੜੀਆਂ ਦਿੱਕਤਾਂ ਖਾਸ ਤੌਰ 'ਤੇ ਸਾਹਮਣੇ ਆਉਂਦੀਆਂ, ਐਕਨੇਜ਼ ਹੋ ਗਏ ਜਾਂ ਫਿਰ ਬਲੈਕ ਹੈਡਸ ਹੋ ਗਏ, ਪਿੰਪਲਸ ਹੋ ਗਏ, ਖਾਸ ਤੌਰ 'ਤੇ ਦਿੱਕਤਾਂ ਬਹੁਤ ਸਾਹਮਣੇ ਆਉਂਦੀਆਂ, ਅਤੇ ਨੌਜਵਾਨਾਂ ਨੂੰ ਖਾਸ ਤੌਰ 'ਤੇ ਯੁਵਾ ਪੀੜ੍ਹੀ ਦੇ ਵਿੱਚ ਇਹ ਜ਼ਿਆਦਾ ਦੇਖਿਆ ਜਾਂਦਾ, ਫਿਰ ਚਾਹੇ ਉਹ ਮੇਕਅਪ ਦੀ ਵਜ੍ਹਾ ਨਾਲ ਹੋਵੇ ਜਾਂ ਫਿਰ ਸੂਰਜ ਦੇ ਵਿੱਚ ਆਮ ਖੁੱਲ੍ਹੇ ਅਸਮਾਨ ਦੇ ਵਿੱਚ ਘੁੰਮਣਾ ਹੇਠਾਂ ਉਹਨਾਂ ਦਾ ਜ਼ਿਆਦਾ ਹੁੰਦਾ, ਉਸ ਦੇ ਚੱਲਦਿਆਂ ਹੋਵੇ, ਇਹਨਾਂ ਚੀਜ਼ਾਂ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ, ਖਾਸ ਤੌਰ 'ਤੇ ਮੇਕਅਪ ਦੀ ਜੇ ਗੱਲ ਕੀਤੀ ਜਾਏ? ਜੀ ਹਾਂ, ਇਸ ਮੌਸਮ ਦੇ ਵਿੱਚ ਜਿਹੜੇ ਟੀਨੇਜਰਸ ਹੈ, ਇੱਕ ਤਾਂ ਉਹਨਾਂ ਦੇ ਸੀਬੇਸ਼ੀਅਸ ਗਲੈਂਡਸ ਵੀ ਓਵਰ ਐਕਟਿਵ ਹੁੰਦੇ ਆ, ਅਤੇ ਸੀਬੇਸ਼ੀਅਸ ਗਲੈਂਡਸ ਦੀ ਸਿਕ੍ਰੀਸ਼ਨ ਵੱਧਦੀ ਹੈ ਤਾਂ ਪਿੰਪਲਸ, ਐਕਨੇ, ਰੋਜ਼ੇਸ਼ੀਆ, ਬਲੈਮਿਸ਼ਿਜ਼ ਵੀ, ਸਕਿਨ ਬਲੈਮਿਸ਼ਿਜ਼, ਮਲੈਸਮਾ, ਜਿਹੜੇ ਛਾਈਆਂ ਪੈ ਜਾਂਦੀਆਂ ਕਈਆਂ ਦੇ, ਇਹ ਸਾਰੀ ਪ੍ਰੋਬਲਮਸ ਅਤੇ ਚਾਂਸਿਸ ਬਹੁਤ ਵੱਧ ਜਾਂਦੇ ਆ ਹੋਣ ਦੇ ਇਸ ਮੌਸਮ 'ਚ। ਇੱਕ ਤਾਂ ਬਹੁਤ ਇੰਪੋਰਟੈਂਟ ਹੈ ਕਿ ਹੁਣ ਪਿੰਪਲਸ ਦੀ ਵੀ ਅੱਗੇ ਕਈ ਕਿਸਮਾਂ ਹੈ, ਬਹੁਤ ਆਈਡੈਂਟੀਫਾਈ ਕਰਨਾ ਇੰਪੋਰਟੈਂਟ ਹੈ ਕਿ ਉਸਨੂੰ ਅਰਲੀ ਸਟੇਜ 'ਤੇ ਹੀ ਆਈਡੈਂਟੀਫਾਈ ਕਰ ਲਿਆ ਜਾਵੇ, ਕਿਉਂਕਿ ਕਈਆਂ ਦੇ ਪਿੰਪਲਸ ਕਈ ਬੱਚੇ ਇਗਨੋਰ ਕਰ ਜਾਂਦੇ ਆ, ਪੇਰੈਂਟਸ ਵੀ ਕਿ ਇਹ ਏਜ ਦੇ ਨਾਲ ਹੋ ਗਏ ਆਮ ਅਤੇ ਆਪਣੇ ਆਪ ਠੀਕ ਹੋ ਜਾਣਗੇ, ਬਟ ਕਈਆਂ ਦੇ ਵਿੱਚ ਉਹ ਪਿੰਪਲਸ ਇੰਨੇ ਨਿਸ਼ਾਨ ਛੋੜ ਜਾਂਦੇ ਆ ਕਿ ਕਈਆਂ ਦੇ ਗੱਡੇ ਪੈ ਜਾਂਦੇ ਆ ਫੇਸ ਦੇ ਉੱਪਰ, ਜਿਹੜੇ ਕਿ ਸਿੰਪਲ ਦਵਾਈਆਂ ਨਾਲ ਨਹੀਂ, ਉਹ ਫਿਰ ਲੇਜ਼ਰ ਟ੍ਰੀਟਮੈਂਟ ਦੇ ਨਾਲ ਹੀ ਠੀਕ ਕਰਨੇ ਪੈਂਦੇ ਆ। ਤਾਂ ਇਟਸ ਵੈਰੀ ਇੰਪੋਰਟੈਂਟ, ਇੱਕ ਤਾਂ ਅਰਲੀ ਡਿਟੈਕਸ਼ਨ, ਅਰਲੀ ਡਾਇਗਨੋਸ ਕਰਨਾ ਉਸਨੂੰ, ਕਿਉਂਕਿ ਐਕਨੇ ਹੈ ਤਾਂ ਐਕਨੇ ਦੀ ਕਿਹੜੀ ਕਿਸਮ ਹੈ ਉਹ ਐਕਨੇ ਦੀ, ਜੇ ਬਲੈਮਿਸ਼ਿਸ ਹੋ ਰਹੇ ਹੈ ਤਾਂ ਵੀ ਉਹਨਾਂ ਨੂੰ ਕਿ ਐਪੀਡਰਮਲ ਮਲੈਸਮਾ ਹੈ ਜਾਂ ਡਰਮਲ ਮਲੈਸਮਾ ਹੈ। ਕਈ ਇਹੋ ਜਿਹੀ ਸਕਿਨ ਦੀ ਬਿਮਾਰੀਆਂ ਵੀ ਹੈ ਜਿਹੜੀ ਲੱਗਦੀਆਂ ਪਿੰਪਲ ਹੈ ਬਟ ਉਹ ਪਿੰਪਲ ਹੁੰਦੇ ਹੀ ਨਹੀਂ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਈਵਨ ਸਕਿਨ TB ਵੀ ਕਾਫੀ ਤੇਜ਼ੀ ਨਾਲ ਵੱਧ ਰਿਹਾ, ਮਤਲਬ ਲੋਕਾਂ ਨੇ ਚੈਸਟ ਦੀ TB ਜਾਂ ਬੋਨ TB ਤਾਂ ਸੁਣਿਆ, ਬਟ ਸਕਿਨ ਦੀ ਜਿਹੜੀ ਟਿਊਬਰਕਲੋਸਿਸ ਹੈ ਉਹ ਵੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਅਤੇ ਉਹ ਵੀ ਸਟਾਰਟ ਸਿੰਪਲ ਪਿੰਪਲ ਦੇ ਨਾਲ ਹੀ ਦੀ ਤਰ੍ਹਾਂ ਹੀ ਹੁੰਦੀ ਹੈ, ਪਰ ਹੌਲੀ ਹੌਲੀ ਉਹ ਸਕਿਨ ਨੂੰ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦੀ ਹੈ। ਤਾਂ ਇੱਕ ਤਾਂ ਬਹੁਤ ਇੰਪੋਰਟੈਂਟ ਹੈ ਕਿ ਪਹਿਲਾਂ ਡਾਇਗਨੋਸ ਕਰਨਾ ਕਿ ਪਿੰਪਲ ਹੈ ਤਾਂ ਪਿੰਪਲ ਦੀ ਕਿਹੜੀ ਟਾਈਪ ਹੈ ਐਕਨੇ ਦੀ, ਜਾਂ ਕੋਈ ਹੋਰ ਡਿਜ਼ੀਜ਼ ਹੈ ਉਹ। ਉਸ ਤੋਂ ਬਾਅਦ ਜੇ ਇੱਕ ਵਾਰ ਡਾਇਗਨੋਸ ਹੋ ਗਿਆ ਤਾਂ ਕਈ ਬੱਚੇ ਇੰਨੇ ਐਂਸ਼ੀਅਸ ਹੁੰਦੇ ਹੈ ਕਿ ਉਹ ਆਪਣੇ ਐਕਨੇ ਨੂੰ ਆਪਣੇ ਨਖੂਨਾਂ ਦੇ ਨਾਲ ਹੀ ਪੀਲ ਆਫ ਕਰਨਾ ਸ਼ੁਰੂ ਕਰ ਦਿੰਦੇ ਹੈ, ਜਿਹੜਾ ਕਿ ਬਹੁਤ ਗਲਤ ਹੈ, ਉਹਦੇ ਨਾਲ ਹੋਰ ਸਕਾਰਿੰਗ ਦੇ ਚਾਂਸਿਸ, ਨਿਸ਼ਾਨ ਪੈਣ ਦੇ ਚਾਂਸਿਸ ਹੋਰ ਜ਼ਿਆਦਾ ਹੋ ਜਾਂਦੇ ਹੈ। ਤਾਂ ਜਿਹੜਾ ਐਕਨੇ ਇੱਕ ਸਾਈਕੋਲੋਜੀਕਲ ਪ੍ਰੋਬਲਮ ਵੀ ਟੀਨੇਜਰਸ ਦੇ ਵਿੱਚ ਬਣ ਜਾਂਦੀ ਹੈ ਕਿ ਸੋਸ਼ਲ, ਕਈ ਲੋਕ ਡਿਪਰੈਸ਼ਨ 'ਚ ਜਾਣਾ ਸ਼ੁਰੂ ਕਰ ਦਿੰਦੇ ਹੈ, ਆਈਸੋਲੇਟ ਹੋਣਾ ਸ਼ੁਰੂ ਕਰ ਦਿੰਦੇ ਹੈ, ਉਹ ਚਾਹੁੰਦੇ ਕਿ ਇੱਕਦਮ ਬਹੁਤ ਜਲਦੀ ਹੀ ਉਹਨਾਂ ਦੇ ਐਕਨੇ ਠੀਕ ਹੋ ਜਾਣ। ਉਹਨਾਂ ਨੂੰ ਲੁਕਾਉਣ ਲਈ ਉਹ ਬਹੁਤ ਜ਼ਿਆਦਾ ਹੈਵੀ ਮੇਕਅਪਸ ਵੀ ਸ਼ੁਰੂ ਕਰ ਦਿੰਦੇ ਹੈ, ਜਿਹੜਾ ਕਿ ਇੱਕ ਸਾਈਕਲ ਬਣ ਜਾਂਦਾ ਹੈ, ਜਿਹੜਾ ਹੋਰ ਜ਼ਿਆਦਾ ਵੀ ਐਕਨੇ ਵਧਾ ਸਕਦਾ, ਕਿਉਂਕਿ ਆਲਰੇਡੀ ਡਕਟਸ ਬਲੋਕਡ ਹੈ, ਅਤੇ ਜਿੰਨੇ ਵੀ ਆਪਾਂ ਹੋਰ ਬਲੋਕਿੰਗ ਏਜੰਟਸ ਯੂਜ਼ ਕਰਾਂਗੇ ਉਹ ਡਿਜ਼ੀਜ਼ ਹੋਰ ਵੱਧਦੀ ਜਾਂਦੀ ਹੈ। ਸਕਿਨ ਕੇਅਰ ਰੂਟੀਨ ਪੂਰੀ ਹੀ ਚੇਂਜ ਕਰਨੀ ਪੈਂਦੀ ਹੈ ਜਦ ਕਿਸੇ ਨੂੰ ਕੋਈ ਵੀ ਸਕਿਨ ਡਿਜ਼ੀਜ਼ ਦੇ ਅਰਲੀ ਲੱਛਣ ਹੋ ਜਾਣ। ਇੱਕ ਤਾਂ ਜਿਹੜਾ ਆਪਣਾ ਸਕਿਨ ਦਾ pH ਹੈ ਉਹ ਹੈਗਾ ਰਾਊਂਡ ਅਬਾਊਟ 5.6, ਤਾਂ ਜਿਹੜੇ ਆਪਾਂ ਪ੍ਰੋਡਕਟਸ ਯੂਜ਼ ਕਰਦੇ ਹਾਂ, ਚਾਹੇ ਉਹ ਸਿੰਪਲ ਫੇਸ ਵਾਸ਼ ਹੈ, ਸਿੰਪਲ ਮੋਇਸਚਰਾਈਜ਼ਰ ਹੈ, ਸਨਸਕ੍ਰੀਨ ਹੈ, ਤਾਂ ਉਹਨਾਂ ਦਾ pH ਵੀ ਲੇਬਲ ਚੈੱਕ ਕਰਨੇ ਜ਼ਰੂਰੀ ਹੈ, ਕਿਉਂਕਿ ਆਪਾਂ ਐਡਵਰਟਾਈਜ਼ਮੈਂਟਸ ਦੇ ਸਹਾਰੇ ਦੇਖ ਕੇ ਜਾਂ ਕੋਈ ਵੀ ਸਨਸਕ੍ਰੀਨ ਕਿਸੇ ਫਰੈਂਡ ਨੇ ਖਰੀਦੀ ਹੈ ਉਸ ਤੋਂ ਆਪਾਂ ਰਾਏ ਲੈ ਕੇ ਆਪਾਂ ਉਹੀ ਖਰੀਦ ਲੈਂਦੇ ਹਾਂ, ਦੈਟ ਇਜ਼ ਰੋਂਗ। ਵਨ ਸ਼ੁੱਡ ਰੀਡ ਦ ਲੇਬਲਸ ਆਫ ਦ ਇਨਗਰੀਡੀਐਂਟਸ, ਕਿਆ ਹੈ ਉਸ ਦੇ ਵਿੱਚ, ਕਿਆ pH ਹੈ ਉਸ ਪ੍ਰੋਡਕਟ ਦਾ,
ਤੇ ਉਸ ਹਿਸਾਬ ਨਾਲ ਉਹ ਪ੍ਰੋਡਕਟਸ ਯੂਜ਼ ਕਰਨੇ ਚਾਹੀਦੇ ਆ ਤਾਂ ਕਿ ਉਹ ਡਿਜ਼ੀਜ਼ ਦਾ ਪੂਰਾ ਹੀ ਇਲਾਜ ਕਰ ਲਿਆ ਜਾਵੇ ਤੇ ਪਰਮਾਨੈਂਟ ਗੱਡੇ ਜਾਂ ਨਿਸ਼ਾਨ ਨਾ ਪੈ ਜਾਣ। ਡਾਕਟਰ ਵਿਕਾਸ, ਇੱਥੇ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ, ਕਈ ਵਾਰ ਪ੍ਰੋਫੈਸ਼ਨਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਮੇਕਅਪ ਇੱਕ ਕੰਪਲਸ਼ਨ ਬਣ ਜਾਂਦਾ, ਉਸ ਲਿਹਾਜ਼ ਦੇ ਨਾਲ ਸਕਿਨ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਵੇ ਜਾਂ ਸਕਿਨ ਨੂੰ ਟ੍ਰੀਟ ਕਿਸ ਤਰ੍ਹਾਂ ਕੀਤਾ ਜਾਵੇ ਮੇਕਅਪ ਰਿਮੂਵਲ ਤੋਂ ਪਹਿਲਾਂ ਜਾਂ ਫਿਰ ਮੇਕਅਪ ਅਪਲਾਈ ਕਰਨ ਤੋਂ ਪਹਿਲਾਂ, ਤਾਂ ਜੋ ਉਸ ਚੀਜ਼ ਦਾ ਅਸਰ ਜੋ ਹੈ ਉਹ ਘੱਟ ਹੋਵੇ ਜਾਂ ਨਾ ਹੋਵੇ, ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਮੇਕਅਪ ਦਾ ਇੱਕ ਪੁਆਇੰਟ ਐਡ ਹੋ ਜਾਂਦਾ ਤਾਂ ਸਕਿਨ ਨੂੰ ਕਾਫੀ ਜੋ ਹੈਵੀ ਮਹਿਸੂਸ ਕਰਦੀ ਹੈ। ਜੀ ਹਾਂ, ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਹੁਣ ਆਪਾਂ ਇਹੋ ਜਿਹੇ ਮਾਡਰਨ ਟਾਈਮਸ 'ਚ ਆ ਗਏ ਹਾਂ ਕਿ ਥੋੜ੍ਹੇ ਬਹੁਤੇ ਹਲਕੇ ਜਿਹੇ ਨਿਸ਼ਾਨ ਕਿਸੇ ਦੇ ਵੀ ਹੋ ਜਾਣਗੇ ਅਤੇ, ਬਟ ਮੇਕਅਪ ਇਜ਼ ਵੈਰੀ ਇੰਪੋਰਟੈਂਟ। ਮੇਕਅਪ ਪ੍ਰੋਡਕਟਸ ਦੀ ਵੀ ਸਿਲੈਕਸ਼ਨ ਬਹੁਤ ਹੀ ਇੰਪੋਰਟੈਂਟ ਹੈ ਕਿ ਉਹਨਾਂ ਦੇ ਵੀ ਜਿਹੜਾ ਪੀ ਐੱਚ ਹੈ ਉਹ ਵੀ ਸਕਿਨ ਪੀ ਐੱਚ ਦੇ ਬਰਾਬਰ ਹੀ ਹੋਵੇ, 5.6 ਜਿਹੜਾ ਕਿ ਲੇਬਲਡ ਹੁੰਦੇ ਹੈ, ਐਂਡ ਦੇ ਸ਼ੁੱਡ ਬੀ ਐੱਫ ਡੀ ਏ ਅਪਰੂਵਡ। ਉਹਨਾਂ ਦੀ ਪੂਰੀ ਐਕਸਪਾਇਰੀ ਚੈੱਕ ਕਰਨੀ ਜ਼ਰੂਰੀ ਹੈ, ਅੱਛੀ ਕੁਆਲਿਟੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਤੁਸੀਂ ਕਿੱਥੇ ਰੱਖਦੇ ਹੋ ਘਰ ਦੇ ਵਿੱਚ, ਕੂਲ ਪਲੇਸ 'ਚ, ਇਹ ਇੰਪੋਰਟੈਂਟ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਕਾਰ 'ਚ, ਬੈਗ 'ਚ ਜਾਂ ਪਰਸ 'ਚ ਰੱਖਤੇ ਅਤੇ ਉਹ ਗਰਮੀ ਦੇ ਕਾਰਨ ਜਿਹੜੇ ਉਹਨਾਂ ਦੇ ਇਨਗਰੀਡੀਐਂਟਸ ਹੈ ਉਹ ਫਿਰ ਐਲਰਜੀਜ਼ ਵੀ ਕਰ ਸਕਦੇ ਹਨ। ਤਾਂ ਮੇਕਅਪ ਪ੍ਰੋਡਕਟਸ ਠੰਡੀ ਜਗ੍ਹਾ, ਕੂਲ ਪ੍ਰੋਟੈਕਟਿਵ ਜਗ੍ਹਾ 'ਤੇ ਹੋਣੇ ਚਾਹੀਦੇ ਹਨ। ਇਨ ਐਡੀਸ਼ਨ ਮੇਕਅਪ ਜਦ ਤੁਸੀਂ ਉਤਾਰਨਾ ਹੈ ਉਹ ਬਹੁਤ ਇੰਪੋਰਟੈਂਟ ਹੈ ਕਿ ਕਈ ਲੋਕ ਇੰਨੀ ਹੈਕਟਿਕ ਰੂਟੀਨ ਹੁੰਦੀ ਹੈ ਕਿ ਮੇਕਅਪ ਲਗਾ ਕੇ ਇੰਨੇ ਥੱਕੇ ਹੁੰਦੇ ਕਿ ਉਹ ਮੇਕਅਪ ਉਤਾਰੇ ਬਗੈਰ ਹੀ ਸੋ ਜਾਂਦੇ ਹੈ। ਮੇਕਅਪ ਜਦ ਵੀ ਰਿਮੂਵ ਕਰਨਾ ਹੈ ਆਈਜ਼ ਇੱਕਦਮ ਸ਼ਟ ਹੋਣੀ ਚਾਹੀਦੀ ਹੈ, ਆਈਜ਼ ਬਿਲਕੁਲ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਮੇਕਅਪ ਪ੍ਰੋਡਕਟਸ ਹੈ ਆਪਣੀ ਆਈਜ਼ ਦੇ ਉੱਪਰ ਵੀ ਇਫੈਕਟ ਕਰ ਸਕਦੇ ਹੈ। ਤਾਂ ਜਦ ਵੀ ਮੇਕਅਪ ਰਿਮੂਵ ਕਰਨਾ ਹੈ ਜਿਹੜਾ ਫੇਸ ਵਾਸ਼ ਚਾਹੀਦਾ ਹੈ ਉਹਦਾ ਪੀ ਐੱਚ ਪੀ 5.6 ਹੋਣਾ ਚਾਹੀਦਾ, ਬਹੁਤ ਜੈਂਟਲ ਫੇਸ ਵਾਸ਼ ਹੋਣੇ ਚਾਹੀਦੇ ਆ ਉਹ ਸੈਂਸਿਟਿਵ ਸਕਿਨ ਵਾਲੇ। ਉਸਦੇ ਨਾਲ ਪੂਰਾ ਮੇਕਅਪ ਰਿਮੂਵ ਕਰਕੇ 5 to 10 ਮਿੰਟ ਸਕਿਨ ਨੂੰ ਡਰਾਈ ਰਹਿਣਾ ਚਾਹੀਦਾ, ਉਸ ਤੋਂ ਬਾਅਦ ਆਪਣਾ ਨਾਈਟ ਮੋਇਸਚਰਾਈਜ਼ਰ ਅਪਲਾਈ ਕਰਨਾ ਚਾਹੀਦਾ। ਜਦ ਮੇਕਅਪ ਅਪਲਾਈ ਵੀ ਕਰਨਾ ਦੈਨ ਇਟ ਸ਼ੁੱਡ ਬੀ ਆਫਟਰ ਦਾ ਜਿਹੜੀ ਨੋਰਮਲ ਸਕਿਨ ਕੇਅਰ ਪ੍ਰੋਡਕਟਸ ਹੈ ਉਹਨਾਂ ਤੋਂ ਬਾਅਦ, ਬਿਲਕੁਲ ਅਖੀਰ ਦੇ ਵਿੱਚ। ਇਹ ਚੀਜ਼ਾਂ ਦਾ ਇਹਤਿਆਤ ਰੱਖ ਕੇ ਮੇਕਅਪਸ ਦਾ ਠੀਕ ਉਪਯੋਗ ਕੀਤਾ ਜਾ ਸਕਦਾ ਹੈ। ਮੇਕਅਪ ਲਗਾ ਕੇ ਵੀ ਜਿਸ ਤਰ੍ਹਾਂ ਕਾਰ 'ਚ ਬੈਠਣਾ ਹੈ ਤਾਂ ਕਾਰ ਦਾ ਵੀ ਪਹਿਲਾਂ ਏ ਸੀ ਔਨ ਕਰਕੇ ਇੱਕਦਮ ਬਿਲਕੁਲ, ਇਸ ਸੀਜ਼ਨ ਦੇ ਵਿੱਚ ਜੇ ਕਾਰ ਬਿਲਕੁਲ ਬੰਦ ਹੈ, ਧੁੱਪ 'ਚ ਖੜ੍ਹੀ ਹੈ, ਤਾਂ ਉਹ ਬਹੁਤ ਇੰਨੀ ਹੀਟ ਜਨਰੇਟ ਕਰ ਜੇ। ਜੀ ਜੀ ਡਾਕਟਰ ਵਸੂਦਾ, ਯਹਾਂ ਪਰ ਆਪਸੇ ਵੀ ਜਾਨਣਾ ਚਾਹੇਂਗੇ ਕਿ ਜਿਸ ਤਰ੍ਹਾਂ ਪਿੰਪਲਸ ਕਾ ਜ਼ਿਕਰ ਅਭੀ ਡਾਕਟਰ ਵਿਕਾਸ ਕਰ ਰਹੇ ਥੇ, ਅਲਗ ਅਲਗ ਤਰ੍ਹਾਂ ਕਿ ਪਿੰਪਲਸ ਕਾ ਉਹਨੇ ਜ਼ਿਕਰ ਕੀਆ, ਯਹਾਂ ਤੱਕ ਕਿ ਸਕਿਨ ਐਲਰਜੀ ਔਰ ਸਕਿਨ ਕੈਂਸਰ ਤੱਕ ਕਾ ਜ਼ਿਕਰ ਉਨਕੀ ਤਰਫ ਸੇ ਕੀਆ ਗਿਆ। ਆਪਸੇ ਜਾਨਣਾ ਚਾਹੇਂਗੇ ਹੋਮਿਓਪੈਥੀ ਕੇ ਹਿਸਾਬ ਸੇ ਦੇਖਾ ਜਾਏ ਤੋ ਕਿਸ ਤਰ੍ਹਾਂ ਕੇ ਇਲਾਜ ਇਸਮੇ ਸੰਭਵ ਹੈ। ਮੈਮ, ਪਿੰਪਲਸ ਕੇ ਲਈ ਸਭਸੇ ਪਹਿਲੇ ਤੋ ਸਕਿਨ ਕੇਅਰ ਬਹੁਤ ਜ਼ਰੂਰੀ ਹੈ। ਮੈਡੀਸਿਨਸ ਤੋਂ ਪਿੰਪਲ ਹੋਣੇ ਕੇ ਬਾਅਦ ਜਾਂ ਐਕਨੇਜ਼ ਹੋਣੇ ਕੇ ਬਾਅਦ ਕਿਸ ਤਰ੍ਹਾਂ ਕੇ ਐਕਨੇ ਹੈ ਉਸਕੋ ਡਾਇਗਨੋਸ ਕਰਨੇ ਕੇ ਬਾਅਦ ਹੀ ਉਸਕਾ ਟ੍ਰੀਟਮੈਂਟ ਹੋਤਾ ਹੈ। ਸਭਸੇ ਪਹਿਲੇ ਹੈ ਕਿ ਸਕਿਨ ਕਲੀਨ ਜ਼ਰੂਰ ਕਰੇਂ। ਆਪਕੋ ਮੇਕਅਪ ਲਗਾਨਾ ਹੈ ਨਹੀਂ ਲਗਾਨਾ, ਲੇਕਿਨ ਆਪ ਪੋਲਿਊਸ਼ਨ ਕੇ ਕੰਟੈਕਟ ਮੇ ਹਮੇਸ਼ਾ ਰਹਤੇ ਹੈ। ਬਿਲਕੁਲ। ਤੋ ਜਬ ਵੀ ਆਪ ਘਰ ਆਏ ਤੋ ਚਿਹਰੇ ਕੋ ਅੱਛੀ ਤਰ੍ਹਾਂ ਸਾਫ਼ ਕਰੇਂ। ਸਾਫ਼ ਕਰਨੇ ਕੇ ਬਾਅਦ ਉਸਕਾ ਅਗਰ ਆਪਕੋ ਲੱਗਤਾ ਹੈ ਕਿ ਆਪ ਬਹੁਤ ਦੇਰ ਬਹੁਤ ਥੱਕ ਚੁਕੇ ਹੈ ਜਾਂ ਬਹੁਤ ਦੇਰ ਤੱਕ ਆਪਕਾ ਮੇਕਅਪ ਆਪਨੇ ਅਪਲਾਈ ਕਰਕੇ ਰੱਖਾ ਹੈ, ਤੋ ਫੇਸ ਵਾਸ਼ ਕਰਨੇ ਕੇ ਬਾਅਦ ਇੱਕ ਹਲਕਾ ਸਾ ਛੋਟਾ ਟੋਵਲ ਜਾਂ ਹੈਂਕੀ ਲੇਂ ਔਰ ਉਸਕੋ ਗੀਲਾ ਕਰਕੇ ਥੋੜ੍ਹੀ ਦੇਰ ਕੇ ਲਈ ਆਪਣੇ ਚਿਹਰੇ ਕੇ ਉੱਪਰ ਰੱਖ ਲੇਂ, ਤਾਂ ਕਿ ਜੋ ਚਿਹਰੇ ਕੀ ਮਸਲਸ ਹੈ ਵੋ ਰਿਲੈਕਸ ਹੋ ਜਾਏ।
इसके अलावा आप रूटीन क्लिनजिंग जरूर करें, हल्का सा हफ्ते में एक आध बार स्क्रब जरूर करना चाहिए। कोई भी होममेड फेस पैक आप लगा सकते हैं ताकि स्किन पोर टाइट रहे। मेकअप अप्लाई करने से पहले आप आइस को एक बार चेहरे पर लगा सकते हैं ताकि पोर टाइट हो जाए और मेकअप का बहुत ज़्यादा इफेक्ट ना रहे। जब आपको लगता है कि आपने बहुत ज़्यादा देर सन एक्सपोजर में रहना है तो उस टाइम पर कोशिश करें कि आप मेकअप ना लगाएं जी चेहरे के ऊपर। फिर भी अगर उसके बावजूद भी आपकी डाइट के कारण या एक्सपोजर ऑफ पोल्यूशन के कारण या सन के कारण किसी भी कारण से चेहरे के ऊपर रैशेज होते हैं या रिंग वॉर्म इन्फेक्शन होता है या कोई भी इन्फेक्शन होता है, सिबोरिक होती है, कुछ भी होता है, तो उस कंडीशन में ज़रूरी है कि फिर आप ट्रीटमेंट पे जरूर जाएं। जी सिर्फ होम रेमेडीज से काम तब वहाँ नहीं चलता, आप अपने फिजिशियन के पास जाएं और उसके उनके उनकी सलाह से फिर आप ट्रीटमेंट में ट्रीटमेंट लें। चलिए डॉक्टर वसुधा, यहाँ पर समय की कमी थोड़ी हो रही है, आपसे जानना चाहेंगे आखिरी टिप इस गर्मी में, गर्मी से बचने के लिए होम्योपैथी के हिसाब से आखिरी टिप आपसे जानना चाहेंगे। मैडम मौसम है, मौसम को एंजॉय कीजिए लेकिन एहतियात हमेशा बरतिए। हमेशा एहतियात ये है कि आप पानी जरूर पिए और अपने आप को इस मौसम के हिसाब से बनाने की कोशिश करें। हम इतने सेंसिटिव हो गए हैं कि थोड़ा सा मौसम बदलता है और हम बीमार हो जाते हैं, तो हमें चाहिए कि हम अपने इम्यून सिस्टम को मेंटेन करें और बच्चों को जो मौसम चेंज हो रहा है उसके टच में रखें। आपसे आखिरी टिप चाहेंगे, आखिरी टिप बहुत शॉर्ट में। आखिरी टिप ये सबसे जरूरी है कि बहुत ज्यादा पानी पीते रहें बच्चे, फ्रीक्वेंट हैंड वॉशिंग। एक चीज का हम जिक्र नहीं कर पाए, मॉस्किटो बाइट्स का। जी मौसम आएगा आगे, मॉस्किटो बाइट से बहुत सारी इन्फेक्शंस हैं, उसमें प्रॉपर बहुत शॉर्ट में डॉक्टर गुंजन जैसे ठहरना रोकें, क्लीनलीनेस रखें एंड हेल्दी मील्स एंड इम्यूनाइजेशन स्टेटस शुड बी अपडेटेड। जी डॉक्टर विकास, आखिरी टिक डॉक्टर विकास। जी हाँ, बदलते मौसम के साथ हमें अपनी स्किन केयर रूटीन का भी बदलना बहुत इम्पॉर्टेंट है। जी हम सेम रूटीन थ्रू आउट द ईयर नहीं अपना सकते हैं। जी तो उसी हिसाब से हमें अपने मॉइस्चराइजर, सनस्क्रीन्स, फेस वाशेस को भी और अपने पूरे स्किन केयर प्रोडक्ट्स, मेकअप प्रोडक्ट्स का सिलेक्शन जो है मौसम के बदलने के हिसाब से ही अपनी स्किन केयर रूटीन का करना है। जी तो तीनों मेहमान हमारे साथ जुड़े, डॉक्टर विकास, डॉक्टर वसुधा, डॉक्टर गुंजन, बहुत बहुत धन्यवाद तीनों मेहमाना का। तो इंडिया न्यूज़ की इस खास पेशकश दे विच गर्मी तो किस तरह बचा जा सके, बच्चों का बचाव किस तरह करना है, गर्भवती महिलावां ने किस तरह अपने आप नूं बचाना है, तो नौजवानों ने किस तरह अपने आप नूं बचाना है, इस खास पेशकश दे विच असी ये कुछ खास टिप्स तुहाडे तक पहुँचाउण की कोशिश की। सो यही उम्मीद करते हैं कि इस गर्मी के मौसम के पारा जिथे चढ़ रहा तुसीं अपना ध्यान रखो, तो अपने बच्चों का भी ध्यान रखो, अपने परिवार का ध्यान रखो। इस खास पेशकश के मैनूं दिओ इजाजत, जुड़े रहो इंडिया न्यूज़ पंजाब के साथ। सत श्री अकाल।